ਸੀਧਾ ਟੌਪਿਕ ਲਿਖਤਾ ਸੀਗਾ ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਬੇਸਿਕਸ ਆਫ ਕੰਪਿਊਟਰ ਬਾਰੇ। ਸੋ ਉਸ ਟੌਪਿਕ ਵਿੱਚ ਅਸੀਂ ਜੋ ਕਵਰ ਕਰ ਚੁੱਕੇ ਹਾਂ, ਕੰਪਿਊਟਰ ਕੀ ਹੁੰਦਾ, ਕਿੱਦਾਂ ਉਹਨੂੰ ਸਟਾਰਟ ਕਰਨਾ ਆ, ਕਿਹੜੇ ਇਨਪੁਟ ਡਿਵਾਈਸ ਆ, ਕਿਹੜੇ ਆਉਟਪੁੱਟ ਡਿਵਾਈਸ ਆ, ਬੇਸਿਕ ਪ੍ਰੋਸੈਸ ਕੀ ਆ, ਇਨਪੁੱਟ ਲੈਂਦਾ ਆ, ਪ੍ਰੋਸੈਸ ਕਰਦਾ ਆ, ਆਉਟਪੁੱਟ ਜਨਰੇਟ ਕਰਦਾ ਆ, ਐਂਡ ਯੂਜ਼ਰ ਤੋਂ ਇਨਪੁੱਟ ਲੈਂਦਾ, ਐਂਡ ਯੂਜ਼ਰ ਵਾਸਤੇ ਹੀ ਉਹਨੇ ਕੋਈ ਨਾ ਕੋਈ ਇਨਫੋਰਮੇਸ਼ਨ ਜਨਰੇਟ ਕਰਕੇ ਯੂਜ਼ਰ ਦੇ ਸਾਹਮਣੇ ਰਿਜ਼ਲਟ ਡਿਸਪਲੇ ਕਰਨਾ ਹੈ ਆਉਟਪੁੱਟ ਯੂਨਿਟ ਤੇ। ਸੋ ਇਹ ਕੁਝ ਅਸੀਂ ਡਿਸਕਸ ਕੀਤਾ ਸੀਗਾ। ਸੋ ਅੱਜ ਦਾ ਜਿਹੜਾ ਮੇਰਾ ਟੌਪਿਕ ਹੈ, ਦੈਟ ਇਜ਼ ਅਬਾਊਟ ਵਿੰਡੋਜ਼ ਆਪਰੇਟਿੰਗ ਸਿਸਟਮ। ਜਿੱਦਾਂ ਮੈਂ ਦੱਸ ਚੁੱਕਿਆ, ਮੇਰਾ ਨਾਮ ਜਸਵਿੰਦਰ ਸਿੰਘ ਹੈ, ਆਈ ਐਮ ਪ੍ਰੈਜੈਂਟਰ ਟੂਡੇ, ਤੇ ਮੇਰੇ ਕੋ ਆਥਰ ਇਸ ਲੈਕਚਰ ਵਿੱਚ, ਜਿਨ੍ਹਾਂ ਨੇ ਮੇਰੀ ਪੀਪੀਟੀਜ਼ ਵਗੈਰਾ ਵਿੱਚ ਹੈਲਪ ਕੀਤੀ ਹੈ, ਉਹ ਮਿਸਟਰ ਧਨੰਜੇ ਹੈ, ਗਵਰਨਮੈਂਟ ITW ਫਗਵਾੜਾ ਤੋਂ। ਸੋ ਥੈਂਕਸ ਫਾਰ ਹਿਮ, ਐਂਡ ਸਪੈਸ਼ਲੀ ਮੈਂ ਨਿੰਮੀ ਦਾ ਥੈਂਕਸ ਕਰਨਾ ਚਾਹੂੰਗਾ, ਜਿਨ੍ਹਾਂ ਨੇ ਸਾਨੂੰ ਈ ਬੁੱਕ ਇਹਦੀ ਭਾਰਤ ਸਕਿੱਲ ਸੇ ਪ੍ਰੋਵਾਈਡ ਕੀਤੀ ਹੋਈ ਹੈ। ਸੋ ਮੇਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਕੰਟੈਂਟ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ, ਉਹ ਉਸ ਬੁੱਕ 'ਚੋਂ ਲਿਮਿਟਿਡ ਹੋਵੇ, ਉਸ ਤੋਂ ਬਾਹਰਲੀ ਕੋਈ ਇਨਫੋਰਮੇਸ਼ਨ ਤੁਹਾਡੇ ਨਾਲ ਮੈਂ ਸ਼ੇਅਰ ਨਾ ਕਰ ਸਕਾਂ। ਸੋ ਸਟਾਰਟਿੰਗ ਵਿਦ ਇੰਟਰੋਡਕਸ਼ਨ, ਇੰਟਰੋਡਕਸ਼ਨ ਆਫ ਆਪਰੇਟਿੰਗ ਸਿਸਟਮ, ਇੱਕ ਡਾਇਗਰਾਮ ਮੈਂ ਤੁਹਾਡੇ ਸਾਹਮਣੇ ਇੱਥੇ ਡਿਸਪਲੇ ਕੀਤੀ ਹੈ, ਜਿਹਦੇ ਵਿੱਚ ਇੱਕ ਪਰਸਨ ਆ ਜੋ ਲੈਪਟਾਪ 'ਤੇ ਕੰਮ ਕਰ ਰਿਹਾ। ਲੈਪਟਾਪ 'ਤੇ ਕੁਛ ਵਾਈਟ ਸਕਰੀਨ ਸਾਨੂੰ ਦਿਖ ਰਹੀ ਆ, ਕੀਬੋਰਡ ਤੋਂ ਕੀ ਪ੍ਰੈਸ ਕਰ ਰਿਹਾ, ਵੀ ਆਰ ਅਸੀਂ ਸੋਚ ਰਹੇ ਹਾਂ, ਇਹ ਮੈਂ ਮੰਨ ਕੇ ਚੱਲ ਰਿਹਾ ਕਿ ਉਹ ਕੁਛ ਟਾਈਪ ਕਰ ਰਿਹਾ। ਸੋ ਬੇਸਿਕਲੀ ਇੱਕ ਹਿਊਮਨ ਬੀਂਗ ਜੇ ਕੰਪਿਊਟਰ 'ਤੇ ਕੰਮ ਕਰਨਾ ਚਾਹੁੰਦਾ ਆ, ਉਹਨੂੰ ਕੁਛ ਇਹੋ ਜਿਹਾ ਸੋਫਟਵੇਅਰ ਚਾਹੀਦਾ ਆ ਜਿਹਦੇ ਨਾਲ ਉਹ ਆਪਣੇ ਹਾਰਡਵੇਅਰ ਨੂੰ ਵਰਕਿੰਗ ਆਰਡਰ ਵਿੱਚ ਲਿਆ ਸਕੇ। ਆਈ ਰਿਪੀਟ, ਇੱਥੇ ਇੱਕ ਪਰਸਨ ਅਸੀਂ ਫੋਟੋਗ੍ਰਾਫ ਵਿੱਚ ਦੇਖ ਰਹੇ ਹਾਂ, ਉਹ ਲੈਪਟਾਪ 'ਤੇ ਕੰਮ ਕਰ ਰਿਹਾ। ਜੇ ਉਸ ਲੈਪਟਾਪ 'ਤੇ ਕੰਮ ਕਰਨਾ ਚਾਹੁੰਦਾ ਆ, ਜੋ ਵਾਈਟ ਸਕਰੀਨ ਮੈਂ ਦੇਖ ਰਿਹਾ, ਯਾਨੀ ਕਿ ਉਸ 'ਤੇ ਕੋਈ ਸੋਫਟਵੇਅਰ ਇੰਸਟਾਲ ਹੋਇਆ ਹੋਇਆ ਜਿਹਦੇ ਥਰੂ ਉਹ ਬੰਦਾ ਉਸ ਲੈਪਟਾਪ ਯਾਨੀ ਕਿ ਇੱਕ ਇਲੈਕਟ੍ਰੋਨਿਕ ਮਸ਼ੀਨ 'ਤੇ ਕੰਮ ਕਰ ਰਿਹਾ। ਸੋ ਆਪਰੇਟਿੰਗ ਸਿਸਟਮ ਦੀ ਜੇ ਮੈਂ ਡੈਫੀਨੇਸ਼ਨ ਦੀ ਵੀ ਗੱਲ ਕਰਾਂ, ਆਪਰੇਟਿੰਗ ਸਿਸਟਮ ਦੀ ਡੈਫੀਨੇਸ਼ਨ ਵੀ ਸਾਨੂੰ ਇਹੀ ਕਹਿੰਦੀ ਹੈ ਕਿ ਇਹ ਇੱਕ ਇੰਟਰਮੀਡੀਏਟਰ ਆ, ਇਹ ਇੱਕ ਪੰਜਾਬੀ ਲੈਂਗੁਏਜ ਵਿੱਚ ਅਸੀਂ ਕਹਿ ਦਈਏ ਆਪਰੇਟਿੰਗ ਸਿਸਟਮ ਇੱਕ ਵਿਚੋਲਾ ਆ, ਜਿਹੜਾ ਇੱਕ ਮਸ਼ੀਨ ਯਾਨੀ ਕਿ ਹਾਰਡਵੇਅਰ ਯਾਨੀ ਕਿ ਕੰਪਿਊਟਰ ਸਿਸਟਮ ਅਤੇ ਐਂਡ ਯੂਜ਼ਰ ਯਾਨੀ ਕਿ ਅਸੀਂ ਸਾਰੇ, ਵੀ ਆਲ ਆਰ ਐਂਡ ਯੂਜ਼ਰ ਜਿਨ੍ਹਾਂ ਨੇ ਕੰਪਿਊਟਰ ਨੂੰ ਯੂਜ਼ ਕਰਨਾ ਆ। ਸੋ ਆਪਰੇਟਿੰਗ ਸਿਸਟਮ ਇੱਕ ਇਹੋ ਜਿਹਾ ਵਿਚੋਲਾ ਆ ਜਿਹੜਾ ਇੰਟਰਫੇਸ ਪ੍ਰੋਵਾਈਡ ਕਰਦਾ ਆ, ਇੱਕ ਇੰਟਰਮੀਡੀਏਟਰ ਆ ਜਿਹੜਾ ਇੰਟਰਫੇਸ ਪ੍ਰੋਵਾਈਡ ਕਰਦਾ ਆ। ਸਿਰਫ ਆਹ ਇੱਕ ਵਰਡ ਯਾਦ ਰੱਖ ਲਓ, ਇੰਟਰਫੇਸ। ਆਪਰੇਟਿੰਗ ਸਿਸਟਮ ਦੀ ਜੇ ਡੈਫੀਨੇਸ਼ਨ ਪੂਰੀ ਅਸੀਂ ਯਾਦ ਰੱਖਣੀ ਆ, ਮੈਂ ਸਿਰਫ ਇੱਕ ਵਰਡ ਯਾਦ ਰੱਖਾਂਗਾ, ਇੰਟਰਫੇਸ। ਕਿਹਦੇ ਕਿਹਦੇ ਵਿੱਚ? ਯੂਜ਼ਰ ਅਤੇ ਕੰਪਿਊਟਰ ਸਿਸਟਮ ਦੇ ਵਿੱਚ, ਯਾਨੀ ਕਿ ਹਾਰਡਵੇਅਰ ਅਤੇ ਸੋਫਟ ਯੂਜ਼ਰ ਦੇ ਵਿੱਚ ਜੇ ਜਿਹਨੇ ਇੰਟਰੈਕਸ਼ਨ ਦੇਣੀ ਹੈ ਉਹ ਕੌਣ ਹੁੰਦਾ ਹੈ ਜੀ? ਆਪਰੇਟਿੰਗ ਸਿਸਟਮ। ਸੋ ਆਪਰੇਟਿੰਗ ਸਿਸਟਮ ਦੀ ਹੀ, ਜਦੋਂ ਅਸੀਂ ਆਪਣਾ ਕੰਪਿਊਟਰ ਸਿਸਟਮ ਔਨ ਕਰਦੇ ਹਾਂ, ਅੱਜ ਦਾ ਟੋਪਿਕ ਸਾਡਾ ਐਮਫੇਸਾਈਜ਼ ਮੇਨ ਵਿੰਡੋਜ਼ ਆਪਰੇਟਿੰਗ ਸਿਸਟਮ 'ਤੇ ਰਹੇਗਾ। ਜਦੋਂ ਅਸੀਂ ਕੰਪਿਊਟਰ ਔਨ ਕਰਦੇ ਹਾਂ, ਸਭ ਤੋਂ ਪਹਿਲਾਂ ਮੇਰੇ ਸਾਹਮਣੇ ਬਲੂ ਸਕਰੀਨ ਆ ਜਾਂਦੀ ਹੈ ਜਿੱਥੇ ਮੈਂ ਯੂਜ਼ਰ ਆਈਡੀ ਪਾਸਵਰਡ ਭਰਦਾ। ਉਸ ਤੋਂ ਬਾਅਦ ਮੇਰਾ ਡੈਸਕਟੌਪ ਮੇਰੇ ਸਾਹਮਣੇ ਆ ਜਾਂਦਾ। ਸੋ ਉਹੀ ਇੱਕ ਪਲੇਟਫਾਰਮ ਆਪਰੇਟਿੰਗ ਸਿਸਟਮ ਹੈ ਜਿਹਦੇ ਥਰੂ ਮੈਂ ਕੰਪਿਊਟਰ ਨੂੰ ਚਲਾ ਰਿਹਾ, ਠੀਕ ਹੈ ਜੀ। ਸੋ ਆਪਰੇਟਿੰਗ ਡਾਇਗਰਾਮ ਵੀ ਇਹੀ ਐਕਸਪਲੇਨ ਕਰ ਰਹੀ ਹੈ। ਐਂਡ ਯੂਜ਼ਰ ਜਿਹੜਾ ਟੌਪ ਲੈਵਲ 'ਤੇ ਹੈਗਾ ਆ, ਉਹ ਇੱਕ ਯੂਜ਼ਰ ਆ। ਯੂਜ਼ਰ ਕੌਣ? ਅਸੀਂ ਸਾਰੇ, ਠੀਕ ਹੈ ਜੀ। ਅਸੀਂ ਸਾਰੇ ਕਿਸੇ ਨੈਕਸਟ ਸਟੇਜ ਆ ਜਾਂਦੀ ਐਪਲੀਕੇਸ਼ਨ, ਕੋਈ ਵਰਡ ਵਗੈਰਾ ਵੀ ਚਲਾਉਣਾ ਆ, ਨੋਟਪੈਡ ਓਪਨ ਕਰਨਾ ਚਾਹੁੰਦਾ, ਵੀਡੀਓ ਦੇਖਣੀ ਆ, ਠੀਕ ਹੈ, ਕੋਈ ਆਡੀਓ ਸੌਂਗ ਮੈਂ ਸੁਣਨਾ ਚਾਹੁੰਦਾ। ਸੋ ਸਾਡੇ ਕੋਲ ਐਪਲੀਕੇਸ਼ਨ ਸੋਫਟਵੇਅਰ ਵੀ ਹੋਣੇ ਚਾਹੀਦੇ ਆ। ਐਪਲੀਕੇਸ਼ਨ ਨੂੰ ਚਲਾਉਣ ਵਾਸਤੇ ਜਾਂ ਕੰਪਿਊਟਰ ਨੂੰ ਵਰਕਿੰਗ ਆਰਡਰ ਵਿੱਚ ਲਿਆਉਣ ਵਾਸਤੇ, ਕਿਸੇ ਵੀ ਆਪਰੇਸ਼ਨ ਨੂੰ ਕੰਪਿਊਟਰ ਦੇ ਵਿੱਚ ਵਰਕਿੰਗ ਆਰਡਰ ਲਿਆਉਣ ਵਾਸਤੇ, ਉਹਦੇ ਵਿੱਚ ਥਰਡ ਸਟੇਜ ਯਾਨੀ ਕਿ ਆਪਰੇਟਿੰਗ ਸਿਸਟਮ ਇੰਸਟਾਲ ਹੋਣਾ ਜ਼ਰੂਰੀ ਹੈ। ਜੇ ਮੇਰੇ ਕੰਪਿਊਟਰ ਵਿੱਚ ਯਾਨੀ ਕਿ ਫੋਰਥ ਸਟੇਜ, ਮੇਰੇ ਹਾਰਡਵੇਅਰ ਵਿੱਚ, ਮੇਰੇ ਲੈਪਟਾਪ ਵਿੱਚ, ਮੇਰੇ ਕੰਪਿਊਟਰ ਵਿੱਚ ਆਪਰੇਟਿੰਗ ਸਿਸਟਮ ਇੰਸਟਾਲ ਹੋਊਗਾ, ਤਾਂ ਹੀ ਮੈਂ ਆਪਣੇ ਕੰਪਿਊਟਰ 'ਤੇ ਕੋਈ ਨਾ ਕੋਈ ਟਾਸਕ ਪਰਫੋਰਮ ਕਰ ਸਕਦਾ। ਜੇ ਮੇਰੇ ਕੰਪਿਊਟਰ ਸਿਸਟਮ ਵਿੱਚ ਆਪਰੇਟਿੰਗ ਸਿਸਟਮ ਨਹੀਂ ਹੈ, ਤਾਂ ਮੈਂ ਆਪਣੇ ਮਸ਼ੀਨ ਤੋਂ ਕੋਈ ਕੰਮ ਨਹੀਂ ਲੈ ਸਕਦਾ, ਯਾਨੀ ਕਿ ਮੈਂ ਆਪਣੇ ਕੰਪਿਊਟਰ ਨੂੰ ਕੋਈ ਇੰਸਟਰਕਸ਼ਨ ਨਹੀਂ ਦੇ ਸਕਦਾ, ਠੀਕ ਹੈ ਜੀ। ਸੋ ਇਹ ਡਾਇਗ੍ਰਾਮ ਇਹੀ ਸ਼ੋਅ ਕਰ ਰਹੀ ਸੀ ਕਿ ਕਿੱਦਾਂ ਉਹਦੀ ਫੰਕਸ਼ਨੈਲਿਟੀ ਆ, ਕੋਰ ਲੈਵਲ ਕਿੱਥੇ ਆਪਰੇਟਿੰਗ ਸਿਸਟਮ ਕੰਮ ਕਰਦਾ। ਸੋ ਜੇ ਆਪਾਂ ਫੰਕਸ਼ਨਸ ਆਫ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ, ਕਿਹੜੇ ਕਿਹੜੇ ਫੰਕਸ਼ਨਸ ਉਹ ਪਰਫੋਰਮ ਕਰਦਾ ਆ ਫੰਕਸ਼ਨਸ ਆਫ ਆਪਰੇਟਿੰਗ ਸਿਸਟਮ, ਉਹਦੇ ਵਿੱਚ ਸਭ ਤੋਂ ਪਹਿਲਾਂ ਫੰਕਸ਼ਨ ਆ ਜਾਂਦਾ ਜੀ ਫਾਈਲ ਮੈਨੇਜਮੈਂਟ। ਸਭ ਤੋਂ ਪਹਿਲਾਂ ਫੰਕਸ਼ਨ ਆ ਜਾਂਦਾ ਫਾਈਲ ਮੈਨੇਜਮੈਂਟ। ਫਾਈਲ ਮੈਨੇਜਮੈਂਟ ਕੀ ਹੁੰਦੀ ਆ? ਜੇ ਮੇਰੇ ਆਪਰੇਟ ਐਗਜ਼ਾਮਪਲ ਮੈਂ ਕੁਛ ਇੱਥੇ ਸ਼ੇਅਰ ਕਰਦਾ ਪਹਿਲਾਂ, ਵੀ ਜਿੱਦਾਂ ਅਸੀਂ ਕਹਿੰਦੇ ਹਾਂ ਬੇਸਿਕਲੀ ਆਪਾਂ ਐਮਫਸਾਈਜ਼ ਵਿੰਡੋਜ਼ ਆਪਰੇਟਿੰਗ ਸਿਸਟਮ 'ਤੇ ਹੀ ਕਰਨਾ ਆ। ਸਾਡੇ ਕੋਲ ਵਿੰਡੋਜ਼ ਦੇ ਆਪਰੇਟਿੰਗ ਸਿਸਟਮ ਆ ਜਾਂਦਾ ਵਿੰਡੋਜ਼ ਐਕਸਪੀ ਆਈ ਸੀ, ਦੈਨ ਵਿੰਡੋਜ਼ ਐਕਸਪੀ ਐਸਪੀ 2 ਸੀਗਾ, ਦੈਨ ਵਿੰਡੋਜ਼ ਵਿਸਤਾ ਆਈ ਸੀ, ਠੀਕ ਹੈ ਜੀ। ਸਿਰਫ
ਇਹ ਯਾਦ ਰੱਖ ਲਓ ਵਿੰਡੋਜ਼ ਜਿਹੜਾ ਪ੍ਰੋਡਕਟ ਆ ਉਹ ਮਾਈਕਰੋਸਾਫਟ ਦਾ ਆ। ਨੀਚੇ ਮੈਂ ਲੋਗੋ ਵੀ ਲਗਾਉਣ ਦੀ ਕੋਸ਼ਿਸ਼ ਕੀਤੀ ਆ, ਆ ਡਾਇਗ੍ਰਾਮ ਜੋ ਮਾਈਕਰੋਸਾਫਟ ਲਿਖਿਆ ਹੋਇਆ, ਵਿੰਡੋਜ਼ ਜਿੱਥੇ ਲਿਖਿਆ ਹੋਊਗਾ ਵਿੰਡੋਜ਼ ਉਹ ਮਾਈਕਰੋਸਾਫਟ ਦਾ ਪ੍ਰੋਡਕਟ ਆ। ਐਮ ਐਸ ਵਿੰਡੋਜ਼ ਐਕਸਪੀ, ਐਮ ਐਸ ਵਿੰਡੋਜ਼ ਵਿਸਤਾ, ਐਮ ਐਸ ਮਤਲਬ ਮਾਈਕਰੋਸਾਫਟ, ਵਿੰਡੋਜ਼ ਦੇ ਜਿੰਨੇ ਵੀ ਆਪਰੇਟਿੰਗ ਸਿਸਟਮ ਨੇ ਉਹ ਸਾਰੇ ਮਾਈਕਰੋਸਾਫਟ ਕੰਪਨੀ ਦੇ ਪ੍ਰੋਡਕਟ ਨੇ। ਠੀਕ ਹੈ ਜੀ, ਅੱਜ ਦੇ ਟਾਈਮ ਤੇ ਜੋ ਅਸੀਂ ਵਿੰਡੋਜ਼ ਯੂਜ਼ ਕਰ ਰਹੇ ਹਾਂ ਦੈਟ ਇਜ਼ ਮਾਈਕਰੋਸਾਫਟ ਵਿੰਡੋਜ਼ 10। ਠੀਕ ਹੈ, ਵਿੰਡੋਜ਼ 7 ਅਸੀਂ ਸਾਰਿਆਂ ਨੇ ਸੁਣੀ ਆ, ਵਿੰਡੋਜ਼ 8 ਸਾਰਿਆਂ ਨੇ ਸੁਣੀ ਆ, ਵਿੰਡੋਜ਼ 10 ਅੱਜ ਅਸੀਂ ਯੂਜ਼ ਕਰ ਰਹੇ। ਇਹ ਸਾਰੇ ਦੇ ਸਾਰੇ ਕੀ ਨੇ? ਆਪਰੇਟਿੰਗ ਸਿਸਟਮਸ ਨੇ ਜਿਹੜੇ ਮੇਰੇ ਹਾਰਡਵੇਅਰ ਨੂੰ, ਮੇਰੇ ਕੰਪਿਊਟਰ ਨੂੰ ਵਰਕਿੰਗ ਆਰਡਰ ਵਿੱਚ ਲਿਆਉਂਦੇ। ਸੋ ਉਹ ਕੰਮ ਕਿਹੜੇ ਕਿਹੜੇ ਕਰਦੇ ਆ? ਫੰਕਸ਼ਨਸ ਆਫ ਆਪਰੇਟਿੰਗ ਸਿਸਟਮ ਕਿਹੜੇ ਕਿਹੜੇ? ਸਭ ਤੋਂ ਪਹਿਲਾਂ ਹੈਗਾ ਜੀ ਫਾਈਲ ਮੈਨੇਜਮੈਂਟ। ਠੀਕ ਹੈ, ਐਗਜ਼ਾਮ ਦੇ ਵਿੱਚ ਇੱਕ ਸਿੱਧਾ ਸਿੱਧਾ ਕੁਐਸਚਨ ਪੁੱਛਿਆ ਜਾਂਦਾ ਆ, ਆਊਟ ਆਫ ਦੀਜ ਐਗਜ਼ਾਮ। ਮੈਂ ਐਕਸਪੈਕਟ ਇਹੀ ਕਰ ਰਿਹਾ ਸਾਰੇ ਸਟੂਡੈਂਟਸ ਨੇ ਆਪਣੇ ਕੋਲ ਕਾਪੀਆਂ ਰੱਖੀਆਂ ਹੋਣਗੀਆਂ। ਸੋ ਮੈਂ ਵਿੱਚ ਵਿੱਚ ਕੁਐਸਚਨ ਵੀ ਬੋਲਾਂਗਾ, ਉਹ ਵੀ ਆਪਾਂ ਕੋਸ਼ਿਸ਼ ਕਰੀ ਵੀ ਲਿਖ ਸਕੀਏ। ਐਗਜ਼ਾਮ ਦੇ ਵਿੱਚ ਇੱਕ ਸਿੱਧਾ ਸਿੱਧਾ ਕੁਐਸਚਨ ਪੁੱਛਿਆ ਜਾਂਦਾ ਆ, ਆਊਟ ਆਫ ਦੀਜ ਵਿਚ ਵਨ ਇਜ਼ ਨਾਟ ਅ ਪ੍ਰੋਡਕਟ ਆਫ ਮਾਈਕਰੋਸਾਫਟ, ਆਊਟ ਆਫ ਦੀਜ ਵਿਚ ਵਨ ਇਜ਼ ਨਾਟ ਅ ਪ੍ਰੋਡਕਟ ਆਫ ਮਾਈਕਰੋਸਾਫਟ। ਠੀਕ ਹੈ, ਆਊਟ ਆਫ ਦੀਜ ਵਿਚ ਵਨ ਇਜ਼ ਨਾਟ ਅ ਪ੍ਰੋਡਕਟ ਆਫ ਮਾਈਕਰੋਸਾਫਟ, ਜਾਂ ਆਊਟ ਆਫ ਦੀਜ ਵਿਚ ਵਨ ਇਜ਼ ਨਾਟ ਅ ਮਾਈਕਰੋਸਾਫਟ ਆਪਰੇਟਿੰਗ ਸਿਸਟਮ। ਠੀਕ ਹੈ, ਆਪਸ਼ਨਾਂ ਸਾਨੂੰ ਦੇ ਦੇਣਗੇ, ਏ ਤੇ ਹੋਊਗਾ ਵਿੰਡੋ 7, ਬੀ ਤੇ ਹੋਊਗਾ ਵਿੰਡੋ 8, ਸੀ ਤੇ ਹੋਊਗਾ ਵਿੰਡੋ 10, ਐਂਡ ਡੀ ਤੇ ਹੋਊਗਾ ਲਾਈਨਕਸ। ਠੀਕ ਹੈ, ਅਸੀਂ ਕੁਐਸਚਨ ਇਹੀ ਪੁੱਛ ਰਹੇ ਹਾਂ ਵੀ ਇਹਨਾਂ ਵਿੱਚੋਂ ਕਿਹੜਾ ਪ੍ਰੋਡਕਟ ਮਾਈਕਰੋਸਾਫਟ ਦਾ ਨਹੀਂ ਹੈਗਾ। ਸੋ ਪਹਿਲਾ ਏ ਬੀ ਸੀ, ਵਿੰਡੋ 7, ਵਿੰਡੋ 8, ਵਿੰਡੋ 10 ਮਾਈਕਰੋਸਾਫਟ ਦੇ ਪ੍ਰੋਡਕਟ ਨੇ। ਲਾਈਨਕਸ ਇਜ਼ ਅ ਰਾਈਟ ਆਨਸਰ, ਵੀ ਉਹ ਵਿੰਡੋਜ਼ ਦਾ ਮਾਈਕਰੋਸਾਫਟ ਦਾ ਪ੍ਰੋਡਕਟ ਨਹੀਂ। ਠੀਕ ਹੈ ਜੀ, ਹੈ ਉਹ ਵੀ ਆਪਰੇਟਿੰਗ ਸਿਸਟਮ ਲਾਈਨਕਸ, ਬਟ ਉਹ ਸਾਡਾ ਵਿੰਡੋਜ਼ ਦਾ ਪਾਰਟ ਨਹੀਂ ਹੈ, ਵਿੰਡੋਜ਼ ਦਾ ਆਪਰੇਟਿੰਗ ਸਿਸਟਮ ਨਹੀਂ ਹੈ, ਵਿੰਡੋਜ਼ ਦਾ ਪ੍ਰੋਡਕਟ ਨਹੀਂ ਹੈ। ਸੋ ਫਾਈਲ ਮੈਨੇਜਮੈਂਟ ਕੀ ਕਹਿੰਦਾ ਆ? ਫਾਈਲ ਮੈਨੇਜਮੈਂਟ ਦਾ ਕੰਮ ਆ, ਅਸੀਂ ਫਾਈਲਸ ਕ੍ਰੀਏਟ ਕਰਦੇ ਹਾਂ, ਫਾਈਲ ਡਿਲੀਟ ਕਰਦੇ ਹਾਂ, ਫਾਈਲ ਅਪਡੇਟ ਕਰਦੇ ਹਾਂ। ਯੂਜ਼ਰ ਨੇ ਕੋਈ ਡਾਕੂਮੈਂਟ ਬਣਾਇਆ ਅੱਜ, ਕੱਲ੍ਹ ਦੁਬਾਰਾ ਓਪਨ ਕੀਤਾ, ਉਹਦੇ ਵਿੱਚ ਨਵੀਂ ਅਪਡੇਟਸ ਕੀਤੀਆਂ, ਫਾਈਲ ਨੂੰ ਸੇਵ ਕਰਤਾ। ਵਿਦ ਨਿਊ ਅਪਡੇਸ਼ਨਸ ਅਸੀਂ ਆਪਣੀ ਫਾਈਲ ਨੂੰ ਸੇਵ ਕਰਦੇ ਹਾਂ। ਠੀਕ, ਇੱਕ ਡਰਾਈਵ ਤੋਂ ਦੂਸਰੀ ਡਰਾਈਵ ਵਿੱਚ ਆਪਾਂ ਲੈ ਕੇ ਜਾਂਦੇ ਹਾਂ ਆਪਣੀ ਫਾਈਲਸ ਨੂੰ। ਠੀਕ ਹੈ, ਜੇ ਮੇਰੇ ਕੋਲ ਪੈਰੀਫੈਰਲ ਡਿਵਾਈਸ ਆ, ਯਾਨੀ ਕਿ ਯੂ ਪੈਨ ਡਰਾਈਵ ਆ, ਐਗਜ਼ਾਮਪਲ ਪੈਨ ਡਰਾਈਵ ਮੇਰੇ ਕੋਲ ਹੈਗੀ ਆ, ਮੈਂ ਆਪਣੀ ਫਾਈਲ ਨੂੰ ਪੈਨ ਡਰਾਈਵ ਵਿੱਚ ਵੀ ਕਿਤੇ ਲੈ ਕੇ ਜਾਣਾ ਚਾਹੁੰਦਾ, ਪੋਰਟੇਬਲ ਡਿਵਾਈਸ ਆ ਉਹ, ਆਪਣੀ ਫਾਈਲ ਨੂੰ ਮੈਂ ਕਿਤੇ ਵੀ ਲੈ ਕੇ ਜਾਣਾ ਚਾਹੁੰਦਾ, ਤਾਂ ਆਪਰੇਟਿੰਗ ਸਿਸਟਮ ਹੀ ਰਿਸਪੋਂਸੀਬਲ ਆ ਕਿ ਮੇਰੇ ਕੰਪਿਊਟਰ ਤੋਂ ਪੈਨ ਡਰਾਈਵ ਵਿੱਚ ਉਹਨੇ ਕਾਪੀ ਕਰਨਾ ਉਸ ਫਾਈਲ ਨੂੰ। ਸੋ ਇਹ ਸਾਰਾ ਕੁਝ ਆ ਜਾਂਦਾ ਫਾਈਲ ਮੈਨੇਜਮੈਂਟ ਦੇ ਅੰਦਰ, ਜਿਹਦੇ ਵਿੱਚ ਆ ਜਾਂਦਾ ਫਾਈਲ ਨੂੰ ਕ੍ਰੀਏਟ ਕਰਨਾ, ਫਾਈਲ ਨੂੰ ਅਪਡੇਟ ਕਰਨਾ, ਫਾਈਲ ਨੂੰ ਰੀਨੇਮ ਕਰਨਾ, ਫਾਈਲ ਨੂੰ ਡਿਲੀਟ ਕਰਨਾ। ਦੀਜ਼ ਆਰ ਸਮ ਆਪਰੇਸ਼ਨਸ ਜੋ ਫਾਈਲ ਮੈਨੇਜਮੈਂਟ ਦੇ ਅੰਦਰ ਆਉਂਦੇ। ਅਗਲਾ ਆ ਜਾਂਦਾ ਜੀ ਮੈਮਰੀ ਮੈਨੇਜਮੈਂਟ। ਮੈਮਰੀ ਮੈਨੇਜਮੈਂਟ ਦਾ ਪਾਰਟ ਕੀ ਆ ਕਿ ਜਦੋਂ ਵੀ ਅਸੀਂ ਆਪਣੇ ਕੰਪਿਊਟਰ 'ਤੇ ਕੋਈ ਫਾਈਲ ਸੇਵ ਕਰਦੇ ਹਾਂ, ਜਦੋਂ ਵੀ ਅਸੀਂ ਆਪਣੇ ਕੰਪਿਊਟਰ 'ਤੇ ਕੋਈ ਫਾਈਲ ਸੇਵ ਕਰਨੀ ਆ, ਜਾਂ ਮੇਰੇ ਕੰਪਿਊਟਰ 'ਤੇ ਕਿਸੇ ਫਾਈਲ ਨੂੰ ਮੈਂ ਓਪਨ ਕੀਤਾ, ਉੱਤੇ ਮੈਂ ਕੰਮ ਕਰਨਾ ਚਾਹੁੰਦਾ, ਕਿਸੇ ਵੀ ਫਾਈਲ 'ਤੇ ਮੈਂ ਕੰਮ ਕਰਨਾ ਚਾਹੁੰਦਾ। ਕੱਲ੍ਹ ਅਸੀਂ ਇੱਕ ਮੈਮਰੀ ਦੀ ਗੱਲ ਕੀਤੀ ਸੀ, ਰੈਂਡਮ ਐਕਸੈਸ ਮੈਮਰੀ, ਰੈਮ। ਕੋਈ ਵੀ ਕੰਪਿਊਟਰ ਦੇ ਵਿੱਚ ਐਗਜੀਕਿਊਸ਼ਨ ਹੁੰਦੀ ਹੈ, ਕੋਈ ਵੀ ਪ੍ਰੋਗਰਾਮ ਰਨ ਹੁੰਦਾ ਆ, ਉਹ ਕਿੱਥੇ ਹੁੰਦਾ ਆ? ਮੇਨ ਮੈਮਰੀ 'ਚ ਆ ਕੇ, ਯਾਨੀ ਕਿ ਰੈਮ ਦੇ ਵਿੱਚ ਆ ਕੇ। ਰੈਮ ਨੂੰ ਮੇਨ ਮੈਮਰੀ ਵੀ ਕਹਿੰਦੇ ਆ। ਸੋ ਕਿਹੜੀ ਫਾਈਲ ਨੂੰ ਪਿੱਕ ਕਰਕੇ ਮੈਮਰੀ ਰੈਮ ਦੇ ਵਿੱਚ ਲਿਆਉਣਾ, ਕਿਹੜੀ ਫਾਈਲ ਯੂਜ਼ਰ ਐਕਸੈਸ ਕਰਨਾ ਚਾਹੁੰਦਾ, ਕਿਹੜੀ ਫਾਈਲ ਚਲਾਉਣਾ ਚਾਹੁੰਦਾ, ਡਬਲ ਕਲਿੱਕ ਕਰਕੇ ਫਾਈਲ ਓਪਨ ਕਰਦਾ ਆ, ਉਹ ਕਿੱਥੇ ਆ ਕੇ ਐਗਜੀਕਿਊਟ ਹੁੰਦੀ ਆ? ਰੈਮ ਦੇ ਵਿੱਚ। ਠੀਕ, ਯੂਜ਼ਰ ਨੇ ਚੇਂਜਸ ਕੀਤੇ, ਅਪਡੇਟ ਕੀਤੇ, ਦੁਬਾਰਾ ਫਾਈਨਲੀ ਸੇਵ ਕਰਕੇ ਕਲੋਜ਼ ਕਰਨਾ ਹੈ। ਹੁਣ ਉਹ ਫਾਈਲ ਜਿੱਥੋਂ ਪਿੱਕ ਹੋਈ ਸੀ, ਕਿਹੜੀ ਡਰਾਈਵ ਤੋਂ ਹੋਈ ਸੀ, ਅਪਡੇਟ ਕਰਨ ਤੋਂ ਬਾਅਦ ਉਹਦੇ ਵਿੱਚੋਂ ਸੇਵ ਕਰਨਾ, ਪਰਮਾਨੈਂਟਲੀ ਸਟੋਰੇਜ ਹੋਣੀ ਚਾਹੀਦੀ ਹੈ। ਇਹ ਵੀ ਰਿਸਪੋਂਸੀਬਿਲਟੀ ਕਿਹਦੀ ਆ? ਮੈਮਰੀ ਮੈਨੇਜਮੈਂਟ, ਆਪਰੇਟਿੰਗ ਸਿਸਟਮ ਦੀ ਹੀ ਹੈ। ਠੀਕ ਹੈ ਜੀ, ਅਗਲਾ ਆਉਂਦਾ ਪ੍ਰੋਸੈਸ ਮੈਨੇਜਮੈਂਟ। ਅਗੇਨ ਪ੍ਰੋਸੈਸ ਮੈਨੇਜਮੈਂਟ ਦੇ ਵਿੱਚ ਆ ਜਾਂਦਾ ਕਿਹੜਾ ਯੂਜ਼ਰ ਨੇ ਪਰਟੀਕੁਲਰ ਫਾਈਲ ਓਪਨ ਕੀਤੀ ਹੈ, ਉਹੀ ਫਾਈਲ ਓਪਨ ਹੋਣੀ ਚਾਹੀਦੀ ਹੈ, ਪਹਿਲਾ ਟਾਸਕ। ਸੈਕਿੰਡ ਟਾਸਕ, ਕਿਹੜੀ ਫਾਈਲ ਦੇ ਵਿੱਚ ਯੂਜ਼ਰ ਨੇ ਅਪਡੇਸ਼ਨਸ ਕੀਤੀਆਂ, ਉਸੇ ਪਰਟੀਕੁਲਰ ਫਾਈਲ ਦੇ ਵਿੱਚ ਅਪਡੇਸ਼ਨਸ ਹੋਣੀਆਂ ਚਾਹੀਦੀਆਂ, ਦੂਸਰਾ ਟਾਸਕ। ਤੀਸਰਾ ਟਾਸਕ, ਐਗਜ਼ਾਮਪਲ ਕਿਸੇ ਯੂਜ਼ਰ ਨੇ ਪ੍ਰਿੰਟਰ, ਠੀਕ ਹੈ ਜੀ, ਪ੍ਰਿੰਟ ਆਊਟ ਲੈਣਾ ਚਾਹੁੰਦਾ ਆ, ਕੋਈ ਯੂਜ਼ਰ ਪ੍ਰਿੰਟ ਆਊਟ ਲੈਣਾ ਚਾਹੁੰਦਾ ਆ, ਸੋ ਉਹਦੇ ਵਿੱਚ ਪ੍ਰਿੰਟਰ ਦੀ ਰਿਕੁਐਸਟ ਬਾਰ ਬਾਰ ਆ ਰਹੀ ਹੈ ਵੀ ਇਸ ਟਾਈਮ ਆਹ ਯੂਜ਼ਰ ਨੇ ਦਿੱਤਾ, ਇਸ ਟਾਈਮ ਆਹ ਯੂਜ਼ਰ ਨੇ ਦਿੱਤਾ। ਸੋ ਟਾਈਮ ਮੈਨੇਜ ਕਰਦਾ ਆ, ਪ੍ਰੋਸੈਸ ਮੈਨੇਜ ਕਰਦਾ ਆ ਵੀ ਕਿਹੜਾ ਪਰਟੀਕੁਲਰ ਯੂਜ਼ਰ ਦੀ ਰਿਕੁਐਸਟ ਪਹਿਲਾਂ ਆਈ ਸੀ, ਉਹਦਾ ਹੀ ਪ੍ਰਿੰਟ ਆਊਟ ਹੋਣਾ ਚਾਹੀਦਾ। ਠੀਕ ਆ, ਉਹਦਾ ਹੀ ਪਰਟੀਕੁਲਰ ਯੂਜ਼ਰ ਦਾ ਪ੍ਰਿੰਟ ਆਊਟ ਬਾਹਰ ਆਉਣਾ ਚਾਹੀਦਾ। ਠੀਕ, ਉਸ ਤੋਂ ਬਾਅਦ ਸੈਕਿੰਡ, ਉਸ ਤੋਂ ਬਾਅਦ ਥਰਡ, ਇੱਕ ਪਰਟੀਕੁਲਰ ਸੀਕੁਐਂਸ ਫੋਲੋ ਕਰਕੇ ਹੀ ਉਹ ਕੋਈ ਕੋਈ ਨਾ ਕੋਈ ਟਾਸਕ ਪਰਫੋਰਮ ਕਰਦਾ ਹੈ ਕੰਪਿਊਟਰ ਦੇ ਵਿੱਚ। ਆਈ ਰਿਪੀਟ, ਪ੍ਰੋਸੈਸ ਮੈਨੇਜਮੈਂਟ ਦੇ ਵਿੱਚ ਕੀ ਆ ਜਾਂਦਾ? ਅਪਡੇਸ਼ਨਸ ਵਗੈਰਾ ਜੋ ਵੀ ਕਰਨੀ ਹੈ ਉਹ ਪਰਟੀਕੁਲਰ ਉਸੇ ਫਾਈਲ ਵਿੱਚ ਹੋਣੀਆਂ ਚਾਹੀਦੀਆਂ। ਦੂਸਰਾ, ਇਹ ਰੀਡ ਕਰਦਾ ਹੈ ਕਿ ਕਿਸ ਪਰਟੀਕੁਲਰ
इंस्ट्रक्शन केड़ी पर्टिकुलर इंस्ट्रक्शन पहला आई है ओही इंस्ट्रक्शन पहला एग्जीक्यूट होगी, उस तो बाद दूसरी, उस तो बाद तीसरी, सीक्वेंस नू भी ये मैनेज करता है। सो ये प्रोसेस मैनेजमेंट ऑपरेटिंग सिस्टम की ही रिस्पॉन्सिबिलिटी है। अगला आता जी हैंडलिंग इनपुट एंड आउटपुट। ठीक है, कल असी गल की सी कि सीपीयू इज रिस्पॉन्सिबल टू टेक इनपुट एंड प्रोसेस दैन फॉरवर्ड रिजल्ट टू आउटपुट यूनिट, कुछ ऐसा डिस्कस किया कल असी। सो ए बी ऑपरेटिंग सिस्टम की ही रिस्पॉन्सिबिलिटी है कि यूजर को जो इनपुट यूजर दे रहा केड़ी की प्रेस कर रहे ए बी सी डी ही ऑपरेटिंग सिस्टम ने नोट करना समझना है। ठीक है, जो इंस्ट्रक्शन यूजर दे रहा एज ए इनपुट उस इंस्ट्रक्शन के कोरसपोंडिंग एक्यूरेट रिजल्ट जनरेट करके यूजर दे मोनीटर से या आउटपुट यूनिट से डिस्प्ले करना, यह भी रिस्पोंसिबिलिटी की जी साढ़े ऑपरेटिंग सिस्टम की। उस तो बाद आ जाता कंट्रोलिंग पेरीफेरल डिवाइसिस। ठीक है, पेरीफेरल डिवाइसिस की होंगे जिदा एक कंप्यूटर की जो मैं गल करा, आई हैव अ मोनीटर, आई हैव अ कीबोर्ड, मेरे को माउस भी है, मेरे को सीपीयू भी है, मेरा कंप्यूटर डन है, इन्ने के नाल मेरा काम कर चल सकता। बट एक्सट्रा डिवाइसिस असं कि कंप्यूटर न लगा सकते हैं, जिदा प्रिंटर हो गया, ठीक है, पेन ड्राइव्स हो गया, पोर्टेबल डिवाइसिस ने, इन्हों असं पेरीफेरल डिवाइसिस भी कहने हैं, जिदे नाल असी डाटा नू मूव करते हैं या प्रिंट आउट्स वगैरह लेंगे हैं। सो जिस टाइम पर प्रिंटर की रिक्वायरमेंट है, किसी यूजर ने प्रिंटर की कमांड दी, उन्हें प्रिंटर ही एलोकेट होना चाहिए, यानी कि वो इंस्ट्रक्शन प्रिंटर विच्चों आउटपुट वो जनरेट होनी चाहिए है। जे किसी यूजर ने फाइल कॉपी की है पेन ड्राइव में, पेन ड्राइव इंसर्ट की, ऑपरेटिंग सिस्टम की करेगा पेन ड्राइव में रीड करेगा, यूजर उस फाइल को सेंड करेगा पेन ड्राइव में, सेंड करने तो बाद योर फाइल हैज बीन कॉपीड, यानी कि थोड़ी फाइल कॉपीड हो कॉपी हो चुकी है थोड़ी पेन ड्राइव में, असं उस पेन ड्राइव में एग्जिट कर लेंगे हैं। तो जेडे कंप्यूटर से किसी होर लोकेशन से जाके एक्सैस करना होंगे उत्थे पेन ड्राइव इंसर्ट करते हैं, और रीड करता कि कंटेंट है पेन ड्राइव में, सो उन्होंने असी उस पर्टिकुलर लोकेशन से भी एक्सैस कर सकते फाइल। सो ये सारे पेरीफेरल्स को कंट्रोल करना भी साडा ऑपरेटिंग सिस्टम का ही काम है। लास्ट में आ जाता सिक्योरिटी। ठीक, लास्ट में आ जाता सिक्योरिटी। सिक्योरिटी में यार बच्चा सब तो इंपॉर्टेंट चीज़ है ऑपरेटिंग सिस्टम की, मेजर रिस्पोंसिबिलिटी है ये। ये की करता है एज ए यू, जो असं ऑपरेटिंग सिस्टम इंस्टॉल करते हैं, वो हमेशा सानू पूछता है कि तुसी कोई यूजर पासवर्ड लगाना है। ठीक है, असी सारे की करते हैं, हाँ असी पैनल से लगाते हैं यूजर एंड पासवर्ड लगा देंगे। ठीक, जो तक वो यूजर पासवर्ड ठीक नहीं भरेगा कोई यूजर, मैं एंटर करा यूजर आई डी पासवर्ड मैं पता है, बट कोई होर अनऑथेंटिक, अनऑथेंटिक कौन होंगे जिन्हों अथॉरिटी नहीं है, कोई अनवॉन्टिड यूजर मेरे कंप्यूटर में एक्सैस करने की कोशिश करेगा, उन्होंने यूजर आई डी पासवर्ड नहीं पता, तो कंप्यूटर उन्होंने यानी कि ऑपरेटिंग सिस्टम उन्होंने अलाउड नहीं करेगा, वो मेरे कंप्यूटर में एंटर नहीं हो सकता। सो दीज आर सम मेजर फंक्शन ऑफ ऑपरेटिंग सिस्टम जो असं डिस्कस किए हैं, जिदे आ जाता साडा फाइल मैनेजमेंट, जिदे असी पहला डिस्कस किया फाइल मैनेजमेंट, आफ्टर दैट असी क्या मैमरी मैनेजमेंट, उस तो बाद असी क्या प्रोसैस मैनेजमेंट, उस तो बाद असी क्या हैंडलिंग इनपुट एंड आउटपुट, आफ्टर दैट असी गल की है जी कंट्रोलिंग पेरीफेरल्स, दैन लास्ट में असी सिक्योरिटी। मैं दोबारा फिर इतने रिपीट कर देना, विंडोज़ जो असी अज पढ़ रहे हैं वो सारे के सारे, बेशक विंडोज 7 आ, विंडो 8 आ, विंडो 10 आ, वो माइक्रोसॉफ्ट के प्रोडक्ट ने, हमेशा उन्होंने सामने MS लिखा होंगे, MS का मतलब माइक्रोसॉफ्ट। ठीक है जी, माइक्रोसॉफ्ट विंडो 7, माइक्रोसॉफ्ट विंडो 8, माइक्रोसॉफ्ट विंडो 10। ठीक, हुण आपां टाइप्स की जो गल कर लिए, टाइप्स ऑफ ऑपरेटिंग सिस्टम विंडोज से केड़े सीगे, सब तो पहला जो आया सीगा माइक्रोसॉफ्ट का प्रोडक्ट ऑपरेटिंग सिस्टम जिहड़ा आया सीगा, दैट इज अ डॉस। डॉस स्टैंड फॉर डिस्क ऑपरेटिंग सिस्टम। इफ एग्जाम पॉइंट ऑफ व्यू तो क्वेश्चन भी है जी, डॉस की फुल फॉर्म की है, डॉस इज अ ऑपरेटिंग सिस्टम जिहदी फुल फॉर्म है डिस्क ऑपरेटिंग सिस्टम। ठीक, उदा मैं इंटरफेस तुहानू दिखा दिंदा, उदा इंटरफेस की सीगा कुछ इदा दा, ब्लैक एंड वाइट स्क्रीन है साडे सामने। ठीक है जी, इत्थे की आ जे तू इहनू मैं प्रैक्टिकली करके भी दिखाऊंगा, डॉस साडे सामने ओपन करांगा मैं किद्दां इह हुंदा आ, कुछ हजे सिर्फ आपां इंटरफेस की गल कर लैंदे आ। जो डॉस का इंटरफेस सीगा वह सारे का सारा ब्लैक एंड वाइट सीगा, जो डॉस का इंटरफेस सीगा वो साडा ब्लैक एंड वाइट इंटरफेस सीगा, सारे की सारी रिस्पोंसिबिलिटी यूजर ते सीगी कि यूजर नू कमांड्स पता होनी चाहीदियां, एक टाइम ते एक इंस्ट्रक्शन ही असी कंप्यूटर नू दिंदे सी, जिस टाइम ते डॉस यूज किया जाता सीगा उस टाइम ते कंप्यूटर नू असी एक टाइम ते एक इंस्ट्रक्शन ही दे सकते हैं, यानी कि वो एक टाइम ते कंप्यूटर मेरा एक काम ही करेगा,
ठीक, बट जदों असीं गल करते हैं एमएस विंडोज दी, माइक्रोसॉफ्ट विंडोज आई है, माइक्रोसॉफ्ट विंडोज दा इंटरफेस किदा दा आया, आ वाला जिदा ब्लू स्क्रीन तुहाडे सामने शो हो रही है, प्रॉपर स्टार्ट बटन आ, कुछ ऐदा दा इंटरफेस आया माइक्रोसॉफ्ट विंडोज दे विच, जिहनूं असीं कह दिंदे आ GUI, ग्राफिकल यूजर इंटरफेस। इस इंटरफेस नूं की कहता असीं, ग्राफिकल यूजर इंटरफेस। एग्जाम पॉइंट ऑफ व्यू तो इंपॉर्टेंट क्वेश्चन है बच्चा, ये भी GUI, GUI स्टैंड्स फॉर, GUI दी फुल फॉर्म की है सानू पता होनी चाहिए कि ग्राफिकल यूजर इंटरफेस। डॉस तो बाद जितनिया भी विंडोज आई हैं, विंडोज XP, विंडो विस्ता, विंडो 7, विंडो 8, विंडो 10, ये सारे दी सारियां की ने, ग्राफिकल यूजर इंटरफेस आई ना विच, ताही इनिया पॉपुलर हुई हैं, डॉस इन्ना पॉपुलर नहीं होया सी। ठीक है जी, ग्राफिकल यूजर इंटरफेस की है, मैं प्रैक्टिकली सारा करके दिखाऊंगा थानू हुण, उहदे विच सानू ज़्यादा क्लीयर हो जाऊगा। पहला आपां चलते हैं डॉस विच। अज जो टॉपिक है बेसिकली एमएस विंडोज से रिलेटेड ही होगा, बट पहला मैं 2 मिनट लूंगा थोड़े प्रैक्टिकली परफॉर्म करना डॉस किदा दा सीगा, उस मैं थानू 2 कमांड्स लिख के दिखाऊंगा, वो बाकी डिस्कशन असी उस च करदे। हुण मैं थानू डॉस असी ओपन करदे किदा आ, प्लीज गिव मी 2 मिनट्स। तो ये जो ब्लैक स्क्रीन थोड़े सामने आ रही है, ये जो ब्लैक स्क्रीन थोड़े सामने आ रही है, ये हैगा साडा डॉस का ऑपरेटिंग सिस्टम। ठीक है, उपर लिखा भी होया माइक्रोसॉफ्ट विंडोज वर्जन कि डॉस का असं यूज कर रहे हैं। ठीक है जी, cmd.exe। हुण इत्थे जे मैं कमांड दिंदा आ cd/, ठीक है, मैनू कमांड्स डॉस दे विच की सीगा कि सारे दी सारी रिस्पोंसिबिलिटी यूजर दे उपर सीगी, यूजर नू कमांड्स पता होनियां चाहीदियां आ, एक टाइम से कंप्यूटर नू एक इंस्ट्रक्शन ही दे सकते हैं, यानी कि कंप्यूटर मेरा एक टाइम से एक काम ही कर सकता सीगा डॉस दे विच। ठीक है, बट एक एग्जाम्पल होर असी करके देखते हैं DIR। ठीक है, DIR तो बाद मैं एंटर प्रेस किया, आ लिस्ट मेरे सामने आ गई। ठीक, यानी कि DIR लिखन तो बाद मैनू ने दसता कि सी दे विच आ सारी, DIR स्टैंड फॉर डायरेक्टरी कमांड, DIR कमांड स्टैंड फॉर डायरेक्टरी कमांड, DIR stands for directory command। एक टाइम पे जो असी ये सारी इंस्ट्रक्शंस लिख रहे हैं, ठीक, केड़ी केड़ी डायरेक्टरी यानी कि फोल्डर मेरे सी ड्राइव के अंदर केड़े केड़े फोल्डर्स ने, उन्हें मैनू सारी की सारी इतने लिस्ट देती। ठीक है, जे मैनू, मैं दोबारा फिर कह रहा, जे मैनू कमांड्स पता ने ता ही मैं डॉस से काम कर सकता सीगा, अदरवाइज मैं डॉस से फैमिलियर नहीं हाँ, मैं डॉस कंप्यूटर से काम नहीं कर सकता, ये ड्रॉबैक सीगा। ठीक है, सारी की सारी रिस्पोंसिबिलिटी यूजर से सीगी, यूजर नू सारी कमांड्स याद होनी चाहिए। ठीक, इस ड्रॉबैक नू दूर करन वास्ते साडे कोल की आया जी, विंडोज दे ऑपरेटिंग सिस्टम आए। विंडोज दे ऑपरेटिंग सिस्टम विच की सीगा, विंडोज दे ऑपरेटिंग सिस्टम विच की सीगा, जिदा मैं थानू दस्या कि सारे दा सारा डॉस ते डिपेंड सीगा वो काम। ठीक, सारा का सारा ग्राफिकल यूजर इंटरफेस सीगा, ओहो उहदे वास्ते असीं की करदे आ हुण, ठीक, आई कॉपी तुहानूं मैं दिखाउण की कोशिश की आ, जिहदे विच सारे फोल्डर्स बने हुए आ, सारे फोल्डर्स बने होणगे ते यूजर अपनी नवी फाइल्स भी बना सकता, नवी फाइल्स बनाने तो बाद वो फाइल नू अपडेट भी कर सकता, डिलीट भी कर सकता। ठीक, ये कुछ इंटरफेस है, आप बैक चलते इतों। दिस वन, ये पोर्शन मैं तुहानू दिखाना चाहता है बेसिकली, इस पोर्शन दे विच की है कि जो यूजर अपना कोई भी नवी फाइल बनानी है या फाइल डिलीट करनी है, ठीक है, आज जिन्ना इंटरफेस थोड़े सामने हुण हैगा ये सारे का सारा साडा विंडोज 7 का इंटरफेस है। ठीक है, ये जो थोड़े सामने खुलिया होया इहनूं असीं कहिंदे आ विंडोज एक्सपलोरर, सब तो मेजर चीज़ आ, एग्जाम विच भी पूछा जाता विंडोज एक्सपलोरर की हुंदा, इंटरव्यूज विच भी पूछा जाता विंडोज एक्सपलोरर की हुंदा। विंडोज एक्सपलोरर दी एज सिंपल एज डेफिनेशन यही आ कि जदों यूजर ने कंप्यूटर ते विंडोज दे विच कुछ भी सर्च करना,
ਠੀਕ ਹੈ ਜੀ। ਕੰਪਿਊਟਰ ਦੇ ਵਿੱਚ ਯੂਜ਼ਰ ਕੁਝ ਵੀ ਕੰਮ ਕਰਨਾ ਚਾਹੁੰਦਾ, ਸਰਚ ਕਰਨਾ ਚਾਹੁੰਦਾ, ਮਾਈ ਕੰਪਿਊਟਰ ਤੇ ਜਾਣਾ ਚਾਹੁੰਦਾ, ਕਿਸੇ ਡਰਾਈਵ ਦੇ ਅੰਦਰ ਜਾਣਾ ਚਾਹੁੰਦਾ, ਕਿਸੇ ਫੋਲਡਰ ਦੇ ਅੰਦਰ ਜਾਣਾ ਚਾਹੁੰਦਾ, ਉਹ ਹਮੇਸ਼ਾ ਵਿੰਡੋਜ਼ ਐਕਸਪਲੋਰਰ ਦੇ ਥਰੂ ਹੀ ਜਾਂਦਾ ਹੈ। ਉਹ ਹਮੇਸ਼ਾ ਵਿੰਡੋਜ਼ ਐਕਸਪਲੋਰਰ ਦੇ ਥਰੂ ਹੀ ਜਾਂਦਾ ਹੈ। ਕੋਈ ਵੀ ਯੂਜ਼ਰ ਵਿੰਡੋਜ਼ ਦੇ ਆਪਰੇਟਿੰਗ ਸਿਸਟਮ ਤੇ ਯਾਨੀ ਕਿ ਕੰਪਿਊਟਰ ਤੇ ਕੰਮ ਕਰਨਾ ਚਾਹੁੰਦਾ ਆ, ਉਹ ਜਾਂ ਮਾਈ ਕੰਪਿਊਟਰ ਹੋਵੇ ਜਾਂ ਕੋਈ ਡਰਾਈਵ ਹੋਵੇ ਜਾਂ ਕੋਈ ਵੀ ਡਿਵਾਈਸ, ਆਪਾਂ ਪੈਨ ਡਰਾਈਵ ਵੀ ਲਗਾਉਂਦੇ ਹਾਂ, ਉਹ ਹਮੇਸ਼ਾ ਏਦਾਂ ਦੇ ਐਨਵਾਇਰਮੈਂਟ ਦੇ ਅੰਦਰ ਹੀ ਖੁੱਲਦੀ ਆ। ਇਹ ਪਰਟੀਕੁਲਰ ਐਨਵਾਇਰਮੈਂਟ ਨੂੰ ਅਸੀਂ ਕੀ ਕਹਿੰਦੇ ਹਾਂ, ਵਿੰਡੋਜ਼ ਐਕਸਪਲੋਰਰ। ਵਿੰਡੋਜ਼ ਐਕਸਪਲੋਰਰ ਦੇ ਹਮੇਸ਼ਾ ਟੋਪ ਤੇ ਤੁਸੀਂ ਦੇਖ ਰਹੇ ਹੋ ਆ ਮਿਨੀਮਾਈਜ਼ ਮੈਕਸੀਮਾਈਜ਼ ਕਲੋਜ਼ ਦੇ ਬਟਨ ਹੋਏ ਹੈਗੇ ਆ। ਇਹ ਸਾਡੀ ਹੈਗੀ ਹੈ ਜੀ ਟਾਸਕ ਬਾਰ, ਟਾਈਟਲ ਬਾਰ, ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਟਾਈਟਲ ਬਾਰ। ਠੀਕ ਆ, ਫਾਈਲ, ਐਡਿਟ, ਵਿਊ, ਟੋਪ, ਹੈਲਪ, ਇਹ ਸਾਰੇ ਦੇ ਸਾਰੇ ਸਾਡੇ ਹੈਗੇ ਆ ਮੈਨਿਊ ਬਾਰ। ਠੀਕ ਹੈ ਜੀ, ਕਿਸ ਲੋਕੇਸ਼ਨ ਤੇ ਯੂਜ਼ਰ ਹੈਗਾ ਆ, ਐਡਰੈਸ ਬਾਰ ਸਾਨੂੰ ਕੀ ਦੱਸ ਰਹੀ ਆ, ਡੈਸਕਟੋਪ ਤੇ ਆ ਜਿਹਦੇ ਵਿੱਚ ਲਾਇਬ੍ਰੇਰੀ, ਕੰਟਰੋਲ ਪੈਨਲ, ਇਹ ਸਾਰੇ ਦੇ ਸਾਰੇ ਕੁਛ ਫੋਲਡਰਸ ਬਣੇ ਹੋਏ ਆ, ਕੁਛ ਫਾਈਲਸ ਬਣੀਆਂ ਹੋਈਆਂ। ਠੀਕ ਆ, ਉਸ ਤੋਂ ਬਾਅਦ ਜੇ ਮੈਂ ਮੂਵ ਹੋਣਾ ਚਾਹੁੰਦਾ ਸੀ ਡਰਾਈਵ ਤੇ, ਸੀ ਡਰਾਈਵ ਤੇ ਅਸੀਂ ਲੈਫਟ ਪੈਨਲ ਵਿੱਚੋਂ ਕਲਿੱਕ ਕੀਤਾ, ਅਸੀਂ ਸੀ ਡਰਾਈਵ ਤੇ ਆ ਗਏ। ਲੈਫਟ ਪੈਨਲ ਵਿੱਚੋਂ ਮੈਂ ਈ ਡਰਾਈਵ ਤੇ ਕਲਿੱਕ ਕੀਤਾ, ਅਸੀਂ ਈ ਡਰਾਈਵ ਤੇ ਆ ਗਏ। ਠੀਕ ਹੈ ਜੀ, ਇਹ ਕੁਛ ਇਹੋ ਜਿਹਾ ਪਾਰਟ ਆ ਜਿਹੜਾ ਬੇਸਿਕਲੀ ਸਿਰਫ ਵਿੰਡੋਜ਼ ਐਕਸਪਲੋਰਰ ਦੇ ਥਰੂ ਮੈਂ ਦੱਸਣਾ ਚਾਹੁੰਦਾ ਵੀ ਅਸੀਂ ਕੰਪਿਊਟਰ ਦੀ ਕਿਸੇ ਵੀ ਲੋਕੇਸ਼ਨ ਤੇ ਜਾਣਾ ਆ, ਕੁਛ ਵੀ ਸਰਚ ਕਰਨਾ ਚਾਹੁੰਦੇ ਹਾਂ ਜਾਂ ਕੋਈ ਫਾਈਲ ਬਣਾਉਣਾ ਚਾਹੁੰਦੇ ਹਾਂ, ਉਹ ਹਮੇਸ਼ਾ ਅਸੀਂ ਵਿੰਡੋਜ਼ ਐਕਸਪਲੋਰਰ ਦੇ ਥਰੂ ਹੀ ਕਰਦੇ। ਕੰਪਿਊਟਰ ਦੇ ਜਿੰਨਾ ਵੀ ਕੰਮ ਹੁੰਦਾ ਆ ਥਰੂ ਵਿੰਡੋਜ਼ ਐਕਸਪਲੋਰਰ ਹੀ ਹੁੰਦਾ ਆ। ਠੀਕ ਹੈ ਜੀ, ਇਹ ਸੀਗਾ ਬੇਸਿਕ ਚੀਜ਼। ਉਸ ਤੋਂ ਬਾਅਦ ਆ ਜਾਂਦਾ ਸਾਡਾ ਕੰਟਰੋਲ ਪੈਨਲ, ਸੈਕਿੰਡ ਚੀਜ਼ ਆ ਜਾਂਦੀ ਹੈ ਕੰਟਰੋਲ ਪੈਨਲ। ਬੇਸਿਕਲੀ ਕੰਟਰੋਲ ਪੈਨਲ ਕੀ ਹੈ, ਸ਼ੇਅਰ ਕੰਟਰੋਲ ਪੈਨਲ ਕੀ ਹੁੰਦਾ, ਹੁਣ ਮੈਂ ਚਾਹੁੰਦਾ ਹਾਂ ਕਿ ਆਪਣੇ ਕੰਪਿਊਟਰ ਨੂੰ ਆਪਣੀ ਨੀਡ ਦੇ ਅਕੋਰਡਿੰਗ ਉਹਦੀਆਂ ਕੁਛ ਸੈਟਿੰਗਸ ਕਰਨਾ ਚਾਹੁੰਦਾ। ਠੀਕ ਹੈ ਜੀ, ਆਹ ਕੰਟਰੋਲ ਪੈਨਲ ਤੁਹਾਡੇ ਸਾਹਮਣੇ ਆ। ਕੰਟਰੋਲ ਪੈਨਲ 'ਤੇ ਅਸੀਂ ਜਾਣਾ ਕਿੱਦਾਂ ਆ, ਆਪਣੇ ਡੈਸਕਟੋਪ 'ਤੇ ਸਟਾਰਟ ਬਟਨ 'ਤੇ ਜਾ ਕੇ ਉੱਥੇ ਡਾਇਰੈਕਟਲੀ ਜਾਂ ਤਾਂ ਅਸੈਸਰੀਜ਼ ਵਿੱਚੋਂ ਜਾ ਸਕਦੇ ਹਾਂ ਜਾਂ ਡਾਇਰੈਕਟਲੀ ਮੈਨੂੰ ਮੈਨਿਊ ਦੇ ਵਿੱਚ ਸ਼ੋਅ ਹੋ ਜਾਂਦਾ ਕਿ ਇੱਥੇ ਤੁਹਾਡਾ ਕਿ ਇੱਥੋਂ ਤੁਸੀਂ ਆਪਣਾ ਕੰਟਰੋਲ ਪੈਨਲ ਯੂਜ਼ ਕਰ ਸਕਦੇ ਹਾਂ। ਓਪਨ ਕਰਨ ਤੋਂ ਬਾਅਦ ਕੰਟਰੋਲ ਪੈਨਲ ਦਾ ਬੇਸਿਕ ਕੰਮ ਇਹੀ ਆ ਸਿਰਫ ਕਿ ਆਪਣੀ ਨੀਡ ਦੇ ਅਕੋਰਡਿੰਗ ਮੈਂ ਆਪਣੇ ਕੰਪਿਊਟਰ ਵਿੱਚ ਕਿਹੜੀ ਕਿਹੜੀ ਸੈਟਿੰਗਸ ਕਰਨਾ ਚਾਹੁੰਦਾ। ਠੀਕ ਆ, ਐਗਜ਼ਾਮਪਲ ਕੋਈ ਇਹੋ ਜਿਹਾ ਸੋਫਟਵੇਅਰ ਮੈਂ ਇੰਸਟਾਲ ਕਰ ਲਿਆ ਜਿਹਨੂੰ ਮੈਂ ਡਿਲੀਟ ਕਰਨਾ ਚਾਹੁੰਦਾ। ਐਗਜ਼ਾਮਪਲ ਕੋਈ ਇਹੋ ਜਿਹਾ ਸੋਫਟਵੇਅਰ ਮੈਂ ਇੰਟਰਨੈਟ ਤੋਂ ਡਾਊਨਲੋਡ ਕਰਕੇ ਇੰਸਟਾਲ ਕਰ ਲਿਆ ਬਟ ਉਸ ਪ੍ਰੋਗਰਾਮ ਨੂੰ ਮੈਂ ਡਿਲੀਟ ਕਰਨਾ ਚਾਹੁੰਦਾ ਜਾਂ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਪਰਟੀਕੁਲਰ ਕੰਪਿਊਟਰ ਵਿੱਚ ਕਿਹੜੇ ਕਿਹੜੇ ਸੋਫਟਵੇਅਰ ਇੰਸਟਾਲਡ ਨੇ। ਠੀਕ ਹੈ, ਮੈਂ ਲਿਸਟ ਦੇਖਣਾ ਚਾਹੁੰਦਾ ਮੇਰੇ ਕੰਪਿਊਟਰ ਦੇ ਅੰਦਰ ਕਿਹੜੇ ਕਿਹੜੇ ਪ੍ਰੋਗਰਾਮਸ, ਕਿਹੜੇ ਕਿਹੜੇ ਸੋਫਟਵੇਅਰ ਇੰਸਟਾਲਡ ਨੇ, ਉਹ ਅਸੀਂ ਕਿੱਥੋਂ ਦੇਖਦੇ ਹਾਂ ਬੱਚਾ, ਕੰਟਰੋਲ ਪੈਨਲ ਤੋਂ। ਕੰਟਰੋਲ ਪੈਨਲ ਦੇ ਵਿੱਚ ਸਾਡੇ ਕੋਲ ਆਪਸ਼ਨ ਹੁੰਦੀ ਹੈ ਪ੍ਰੋਗਰਾਮਸ। ਜੇ ਮੈਂ ਦੇਖਣਾ ਚਾਹੁੰਦਾ ਮੇਰੇ ਕੰਪਿਊਟਰ ਵਿੱਚ ਕਿਹੜੇ ਕਿਹੜੇ ਆਪਰੇਟਿੰਗ ਸਿਸਟਮ ਇੰਸਟਾਲਡ ਨੇ, ਕਿਹੜੇ ਕਿਹੜੇ ਸੋਫਟਵੇਅਰ ਇੰਸਟਾਲਡ ਨੇ, ਉਹ ਅਸੀਂ ਕਿੱਥੋਂ ਫਾਈਂਡ ਆਊਟ ਕਰਦੇ ਹਾਂ, ਕੰਟਰੋਲ ਪੈਨਲ ਦੇ ਅੰਦਰ, ਪ੍ਰੋਗਰਾਮਸ ਦੇ ਅੰਦਰ। ਜਦੋਂ ਅਸੀਂ ਪ੍ਰੋਗਰਾਮ 'ਤੇ ਕਲਿੱਕ ਕਰਦੇ ਹਾਂ ਕੁਛ ਆਹ ਲਿਸਟ ਸਾਡੇ ਕੋਲ ਆਈ, ਉਹਦੇ ਵਿੱਚੋਂ ਅਸੀਂ ਦੇਖਦੇ ਹਾਂ ਪ੍ਰੋਗਰਾਮ ਐਂਡ ਫੀਚਰਸ। ਠੀਕ ਹੈ ਜੀ, ਆਹ ਲਿਸਟ ਮੇਰੇ ਕੋਲ ਆ ਗਈ ਸਾਰੇ ਸਾਹਮਣੇ, ਕਿਹੜੇ ਕਿਹੜੇ ਸੋਫਟਵੇਅਰ ਮੇਰੇ ਕੰਪਿਊਟਰ ਦੇ ਵਿੱਚ ਇੰਸਟਾਲਡ ਨੇ। ਠੀਕ ਹੈ, ਹੁਣ ਇਹਦੇ ਵਿੱਚੋਂ ਮੈਂ ਐਗਜ਼ਾਮਪਲ ਲਾ ਕੇ ਚੱਲਾਂ, ਕੋਈ ਵੀ ਪਰਟੀਕੁਲਰ ਸੋਫਟਵੇਅਰ ਮੈਂ ਡਿਲੀਟ ਕਰਨਾ ਚਾਹੁੰਦਾ। ਜਿੱਦਾਂ ਮੈਂ ਕਿਹਾ ਸੀਗਾ ਕਿ ਅਸੀਂ ਕਿਹੜੇ ਕਿਹੜੇ ਸੋਫਟਵੇਅਰ ਦੀ ਲਿਸਟ ਆ ਮੇਰੇ ਕੰਪਿਊਟਰ ਵਿੱਚ ਇੰਸਟਾਲਡ ਨੇ, ਪਲੱਸ ਜੇ ਕੋਈ ਪ੍ਰੋਗਰਾਮ ਮੈਂ ਡਿਲੀਟ ਕਰਨਾ ਚਾਹੁੰਦਾ, ਉਹ ਕਰਨਾ ਚਾਹੁੰਦਾ, ਉਹ ਅਸੀਂ ਕਿੱਦਾਂ ਕਰਦੇ ਹਾਂ, ਥਰੂ ਕੰਟਰੋਲ ਪੈਨਲ ਆਪਣੇ ਪ੍ਰੋਗਰਾਮ ਐਂਡ ਫੀਚਰਸ ਦੇ ਵਿੱਚ ਆ ਕੇ ਕਿਸੇ ਪਰਟੀਕੁਲਰ ਸੋਫਟ ਲਿਸਟ ਵਿੱਚੋਂ ਕਿਸੇ ਪਰਟੀਕੁਲਰ ਸੋਫਟਵੇਅਰ 'ਤੇ ਮੈਂ ਕਲਿੱਕ ਕੀਤਾ, ਕਿਸੇ ਪਰਟੀਕੁਲਰ ਸੋਫਟਵੇਅਰ 'ਤੇ ਅਸੀਂ ਕਲਿੱਕ ਕਰਨ ਤੋਂ ਬਾਅਦ ਰਾਈਟ ਕਲਿੱਕ ਕਰਾਂਗੇ ਮਾਊਸ ਤੋਂ, ਸਾਡੇ ਕੋਲ ਮੈਨਿਊ ਆਜੂਗਾ ਅਨਇੰਸਟਾਲ। ਰਾਈਟ ਕਲਿੱਕ ਕਰਕੇ ਉਹਨੂੰ ਅਸੀਂ ਅਨਇੰਸਟਾਲ ਕਰ ਦਾਂਗੇ, ਜਾਂ ਅਸੀਂ ਡਾਇਰੈਕਟਲੀ ਫਾਈਲ ਸਿਲੈਕਟ ਕੀਤੀ, ਸਾਡੇ ਕੋਲ ਆਹ ਉੱਪਰ ਆਪਸ਼ਨ ਵੀ ਹੈਗੀ ਹੈ ਅਨਇੰਸਟਾਲ ਦੀ, ਦਿਸ ਵਨ, ਇਹ ਅਨਇੰਸਟਾਲ, ਇੱਥੇ ਮੈਂ ਕਲਿੱਕ ਕਰ ਦਾਂਗਾ, ਅਨਇੰਸਟਾਲੇਸ਼ਨ ਆਫ ਪ੍ਰੋਗਰਾਮ ਸਟਾਰਟ ਹੋ ਜਾਏਗੀ। ਠੀਕ ਹੈ, ਇਹ ਬੇਸਿਕ ਜੀ ਚੀਜ਼ ਆ। ਹੁਣ ਅਗਲਾ ਅਸੀਂ ਦੇਖਦੇ ਹਾਂ ਕੰਟਰੋਲ ਪੈਨਲ ਦਾ ਬੇਸਿਕ, ਮੈਂ ਸਿਰਫ ਇੰਨਾ ਦੱਸਾਂਗਾ, ਇਹ ਹੋ ਗਿਆ ਪ੍ਰੋਗਰਾਮ ਲਿਸਟ। ਜੇ ਅਸੀਂ ਡੈਸਕਟੋਪ ਚੇਂਜ ਕਰਨਾ ਹੈ, ਡੈਸਕਟੋਪ ਦੀ ਬੈਕਗਰਾਉਂਡ, ਵਾਲਪੇਪਰਸ ਵਗੈਰਾ ਕਿੱਦਾਂ ਦੇ ਲਗਾਉਣੇ ਆ, ਠੀਕ ਆ, ਆਈਕਨਸ ਕਿੱਦਾਂ ਦੇ ਹੋਣ, ਆਈਕਨਸ ਮੈਂ ਤੁਹਾਨੂੰ ਦਿਖਾਉਂਦਾ ਆਈਕਨਸ ਕੀ ਹੁੰਦੇ ਆ। ਠੀਕ ਆ, ਆਈਕਨਸ ਦੇ ਵਿੱਚ ਰੀਨੇਮ ਕਰਨਾ, ਉਹ ਅਸੀਂ ਹੁਣ ਕਰਾਂਗੇ, ਕਿਸੇ ਪਰਟੀਕੁਲਰ ਫਾਈਲ ਨੂੰ ਰੀਨੇਮ ਵੀ ਕਰਕੇ ਦੇਖਾਂਗੇ।
मूव भी करके देखांगे एक फोल्डर तो दूसरे फोल्डर विच किदा मूव करदे आं असीं, किसे फाइल नूं डिलीट करना या रीसाइकल बिन की हुंदा, ये सारा कुछ असीं डिस्कस करांगे हजे। सो इहदे विच कोई हार्डवेयर दे रिलेटेड सैटिंग्स करनी आ असीं आ पर्टिकुलर ऑप्शन ते जांदे हार्डवेयर एंड साउंड, यानी कि प्रिंटर इंस्टॉल करना, केड़ा प्रिंटर तुसीं सैट करना चाहुंदे हो, वी इहदे विचों ही प्रिंट आउट्स आन वो असीं हार्डवेयर एंड साउंड विचों कर सकदे हां। नवा प्रिंटर ऐड करना या कोई प्रिंटर असीं डिफॉल्ट प्रिंटर लगाना चाहते हैं वो सैटिंग्स असीं इस चो करते हैं, ठीक है। अपीयरेंस चेंज डेस्कटॉप बैकग्राउंड, बैकग्राउंड का वॉलपेपर किदा का होवे वो असीं अपीयरेंस विचों चेंज करते हैं। जे मेरे कंप्यूटर का डेट एंड टाइम खराब हो गया, चेंज हो गया ऑटोमैटिकली, उन्होंने असीं रीसैट करना क्लॉक लैंग्वेज एंड रीजन, वो असीं आ पर्टिकुलर ऑप्शन तो सैट करते हैं। सो जिन्हें भी मैं दोबारा फिर कंट्रोल पैनल की डेफिनेशन रिपीट करदा कि अपनी नीड के अकॉर्डिंग मैं कंप्यूटर विच कोई भी चेंज करना चाहता हाँ, अपनी नीड के अकॉर्डिंग मैं अपने कंप्यूटर नूं कोई भी चेंजेस करना चाहता हाँ वो मैं कंट्रोल पैनल के थ्रू ही करांगा, ठीक है। ये बेसिकली एक पैनल है जिहड़े मेरे कंप्यूटर नूं होली सारा का सारा कंट्रोल करते हैं, ठीक है जी। उस तो बाद असी चलते हैं अपने किसी फोल्डर के अंदर, किसी ड्राइव के अंदर, आप एक लोकेशन पर आ जाने जिदे विच मैं हुण थानू नवी आ जिन्ना हुण असी देख रहे हैं थोड़े सामने हाँ, असी देख रहे हैं इतने उपर लाइब्रेरीज लिखा हुआ, असी उपर देख रहे हैं जी यू आई का बेसिकली बच्चा एडवांटेज की सीगा, सारे का सारा काम रिस्पोंसिबिलिटी कंप्यूटर से आ गई सी, ठीक। डॉस के विच की सीगा मैनू सिंगल इंस्ट्रक्शन लिखनी पैंदी सी, कल्ली कल्ली इंस्ट्रक्शन मैनू लिखनी पैंदी सी, बट विंडोज़ दे विच सानू फीचर की प्रोवाइड करता माइक्रोसॉफ्ट ने, सिर्फ यूजर ने क्लिक करना, माउस यूज करना आना चाहिए, माउस के नाल क्लिक करेगा। ग्राफिकली मैं पढ़ रहा कि ये लाइब्रेरीज आ माई कंप्यूटर आ कंट्रोल पैनल आ, ग्राफिकली मैं सारा कुछ पढ़ रहा, ठीक। ग्राफिकल यूजर इंटरफेस इनू ही कहने कि यूजर के सामने प्रॉपर आइकन बने हुए आ लाइब्रेरीज का आइकन आ, माई कंप्यूटर पेस्ट करता आइकन ओदे मोरे कंप्यूटर लिखा, मैं पता चल जूगा कि ये कंप्यूटर माई कंप्यूटर ओपन हो जूगा इतों, ठीक है। मैं ओपन करता माई कंप्यूटर ओपन हो गया, ठीक। बैक जाना है उपर बैक का बटन है, मैं बैक उसी लोकेशन पर आ गया जिथे मैं सीगा, ठीक। आ स्काइप का आइकन आ, आ वी एल सी मीडिया प्लेयर का आइकन आ, आ गूगल क्रोम का आइकन आ, फायरफोक्स का आइकन आ। सो ये सारे का सारा ग्राफिकली इंटरफेस हैगा आ जिहड़ा सानू विंडोज़ ने प्रोवाइड किया। किसी भी फोल्डर के अंदर मैं जाना चाहना, मैं विंडोज़ एक्सप्लोरर के थ्रू उस पर्टिकुलर लोकेशन के अंदर जा सकता है, ठीक है। मैं कोई कमांड नहीं देनी पैंती, मैं सीधा माउस का यूज करके क्लिक करके किसी भी लोकेशन पर जा सकता, यही ग्राफिकल यूजर इंटरफेस का एडवांटेज सी, ठीक। हुण आपां गल करते हैं कि मैं जो नवी फाइल बनानी है, ठीक, जे असी नवी फाइल बनानी है, मैं एक पर्टिकुलर फोल्डर के अंदर चल जाता, नोट्स वेबिनार, ठीक। ये तो असं किसी पर्टिकुलर फोल्डर के अंदर, जे मैं नवा फोल्डर भी बनाना चाहता, इतने तुम ऑप्शन देख रहे होवोगे ऑर्गेनाइज, जिथे मेरा माउस है, इनकलूड इन लाइब्रेरी, शेयर विद, स्लाइड शो, बर्न और न्यू फोल्डर। जे असं न्यू फोल्डर बनाना चाहते हैं असी पर्टिकुलर इस लोकेशन तो भी बना सकते हैं, जे मैं इतने क्लिक कर दाँगा न्यू फोल्डर बन गया, आ न्यू फोल्डर आ गया जी, ठीक। इस न्यू फोल्डर से हुण मैं राइट क्लिक करा, या तो मैं राइट क्लिक करा अपने माउस तो, सब तो नीचे ऑप्शन हैगी रीनेम दी, बाय डिफॉल्ट इस फोल्डर का नाम की आ रहा जी, न्यू फोल्डर। मैं इस पर्टिकुलर फोल्डर नू अपनी नीड के अकॉर्डिंग कोई नाम देना चाहता हाँ, मैं अपने उस फोल्डर से सिलेक्ट करके राइट क्लिक करांगा, तो थल्ले सैकेंड ऑप्शन हैगी रीनेम दी, ठीक है। उस रीनेम पर क्लिक करांगा, असी इत्थे लिख दें इहदा नाम डैमो, मैं थोड़े सारा डिस्कस कर रहा, इत्थे मैं इहदा नाम रखता डैमो, मेरा फोल्डर क्रिएट हो गया डैमो। हुण जे मैं डॉस दे विच करना चाहवां, डॉस दे विच सारे दा सारा काम मैनू एम डी फोल्डर बनाउण वास्ते कमांड यूज करनी पैणी, मैनू एम के डी आई आर या एम डी मेक डायरेक्टरी। डॉस दे विच असीं डायरेक्टरीज कह दिंदे आ, विंडोज माइक्रोसॉफ्ट विंडोज दे विच असीं उहनू फोल्डरस कह दिंदे आ, ठीक है। सो इत्थे असीं फोल्डर बनाता डैमो नाम दा, उस डैमो ते डबल क्लिक करके डेमो ते डबल क्लिक करके मेरा फोल्डर ओपन हो गया। किसी भी फोल्डर नूं असीं ओपन करना चाहते हैं उस पर्टिकुलर फोल्डर ते असीं डबल क्लिक करके
ओपन कर सकते हैं, किसी भी फाइल नू ओपन करना उस पर्टिकुलर फाइल नू भी डबल क्लिक करके ओपन कर सकते हैं। ठीक, हुण इत्थे इंटरव्यू विच क्वेश्चन की पूछा जाता है, एज ए कंप्यूटर स्टूडेंट हमेशा क्वेश्चन ये पूछा जाता है, व्हाट इज द डिफरेंस बिटवीन फोल्डर एंड अ फाइल। दो ऑप्शंस ने, व्हाट इज द डिफरेंस बिटवीन फाइल एंड फोल्डर। ठीक, बेसिकली फाइल्स होंगी है जिदे विच मेरा डाटा किसी पर्टिकुलर टॉपिक से असी कंटेंट पाए होंगे। ठीक, फाइल्स की होंगे बेसिकली किसी पर्टिकुलर टॉपिक से मैं उसके विच अपना कोई भी कंटेंट पा दिंदा, जिदा मैनू कोई कहे व्हाट इज अ कंप्यूटर सिस्टम, मैं अपने नोट्स बना दांगा, वो मेरे वास्ते एक फाइल है, मैं उसका फाइल का नाम रख दांगा इंट्रो कंप्यूटर डॉट डी ओ सी, मैं अपनी फाइल का नाम रखता, वो हैगी है मेरी फाइल। ठीक, मैं मल्टीपल फाइल्स बना सकता, बट ये जो मैं पता है कि मैं 20 फाइल्स बनाती हैं, ये कंप्यूटर के रिलेटिड ही है। ठीक है, सारी फाइल्स मैं अपना एक फोल्डर बनाऊंगा जिदा नाम मैं रखता, डेमो का नाम मैं हूँ रखता कंप्यूटर, इस कंप्यूटर फोल्डर के अंदर मैं अपनी सारी फाइल्स सेव करांगा। ठीक है, ये फोल्डर एक बेसिकली डायरेक्टरी है, फोल्डर एक बेसिकली डायरेक्टरी है जिदे विच मल्टीपल फाइल्स पईयां होंगीयां। फाइल्स की है एक सिंगल फाइल जिदे विच उस पर्टिकुलर टॉपिक दे रिलेटेड डिटेल होंगी। ठीक है, जे मैं इतने कंप्यूटर नाम का बनाता, मेरे को कंप्यूटर की जितनी फाइल्स होंगे मैं कंप्यूटर फोल्डर में रखांगा। जे मैं इस फोल्डर का नाम रख दिंदा फिटर, यानी कि फिटर ट्रेड के जिन्हें भी फाइल्स होंगीयां वो मैं फिटर फोल्डर के अंदर रखांगा। ये बेसिक डिफरेंस है। ठीक, हुण इस कंप्यूटर फोल्डर के अंदर आके अगला काम आ जाता जी, असी फाइल्स जिहड़ियां बनाने हैं, असी कोई फाइल बनानी होंगी है। ठीक, या तो माइक्रोसॉफ्ट ऑफिस, जिस अगला टॉपिक जो डिस्कस होगा थोड़े नाल आने वाले सैशनस में, माइक्रोसॉफ्ट ऑफिस की होंगे, माइक्रोसॉफ्ट एक्सेल की होंगे, किदा असी फाइल बनाने हैं, वो सारा उन्होंने टॉपिक्स में कवर करांगे। इतने मैं एक फाइल लै रहा, बेसिकली राइट क्लिक करके न्यू ते आके इतों भी, पहला तो मैं तुम्हें दसिया कि न्यू फोल्डर तो असी जा सकते हैं, बट राइट क्लिक करके आ मैन्यू जो मेरे सामने आया, ये पर्टिकुलर मैन्यू असी कहते हैं पॉपअप मैन्यू। राइट क्लिक करन तो बाद कंप्यूटर ते जो मैन्यू थोड़े सामने आता है, इस मैन्यू नूं असीं कहिंदे आ पॉपअप मैन्यू। इहदे विचों सानूं हमेशा पता है कि रीफ्रैश रीफ्रैश साडी हैबिट एज ए स्टूडेंट, असीं रीफ्रैश बहुत करते हैं कंप्यूटर्स नूं, बट इहदे विच साडे कोल ऑप्शन हैगी है न्यू। न्यू दे थ्रू भी जे मैं फोल्डर बनाना है फोल्डर बना सकदा, जे मैं माइक्रोसॉफ्ट वर्ड की कोई फाइल चाहिए है वर्ड ओपन कर सकदा, पावर पॉइंट चाहिए पावर पॉइंट ओपन कर सकते हैं। ठीक है, एक्सेल की शीट चाहिए एक्सेल ओपन कर दें, बट मैं हूँ थानू लैके चल रहा एक एप्लीकेशन जो माइक्रोसॉफ्ट विंडोज़ के नाल ही आती है, दैट इज़ अ टैक्सट डॉक्यूमेंट, दैट इज़ अ टैक्सट डॉक्यूमेंट। टैक्सट डॉक्यूमेंट की होंगे, इतने भी एग्जाम्पल इंटरव्यू में हमेशा फसा लेंगे, नोटपैड की फाइल तो टैक्सट फाइल में की डिफरेंस है, क्वेश्चन पूछते हैं नोटपैड की फाइल तो टैक्सट फाइल में की डिफरेंस है। नोटपैड के टैक्सट में कोई डिफरेंस नहीं है। ठीक है जी, नोटपैड की फाइल की एक्सटेंशन जो थानू इतने व्यू हो रही हो डॉट टी एक्स टी पिछे लिखा हुआ डॉट टी एक्स टी, नोटपैड की फाइल की फाइल एक्सटेंशन बहुत इंपॉर्टेंट टॉपिक है, इन्ना डिटेल में आप नहीं जाते, माइक्रोसॉफ्ट ऑफिस भी ज़्यादा क्लीयर हो जूगा भी वर्ड के किड़े यूज किए जाते एक्सटेंशन। डॉट टी एक्स टी नोटपैड की जिन्हिया फाइल बनती हैं उन्होंने पिछले हमेशा डॉट टी एक्स टी लिखा था, टी एक्स टी इज फॉर टैक्सट, नोटपैड और टेक्स्ट फाइल दे विच कोई डिफरेंस नहीं है। नोटपैड के थ्रू टैक्सट फाइल्स ही बननी है, नोटपैड के थ्रू टैक्सट फाइल्स ही बननी है। हुण इत्थे जो फाइल का नाम आ रहा न्यू टैक्सट डॉक्यूमेंट, असी नोटपैड ओपन करके देखते नोटपैड किदा दा हुंदा, मैं तुहानू दिखांदा दिस वन, ये बच्चा हैगा नोटपैड। नोटपैड की है एक साडा नोटपैड की है साडा एक टैक्सट एडिटर है। ठीक है, ये भी क्वेश्चन एग्जाम पॉइंट ऑफ व्यू तो भी इंटरव्यू पॉइंट ऑफ व्यू तो भी कि नोटपैड की है, नोटपैड एक टैक्सट एडिटर है जिथे यूजर टैक्सट लिखता है। ठीक है, कॉम्बीनेशन ऑफ अल्फाबैट्स नाल अपने सारे डॉक्यूमेंट बनाता है। जे यूजर को माइक्रोसॉफ्ट ऑफिस नहीं है, जिस यूजर को माइक्रोसॉफ्ट ऑफिस नहीं है कि वो टाइपिंग का काम नहीं कर सकता, कर सकता है सर, नोटपैड के थ्रू असी अपनी लैटर्स लिख सकते हैं। ठीक है, नोटपैड के थ्रू असी अपनी लैटर्स लिख सकते हैं, ये भी आ फॉरमैट ऑप्शन है, फॉन्ट साइज कितना रखना है, ये भी आ सारा कुछ, असी केड़ा फॉन्ट यूज करना, बोल्ड करना है, इटैलिक रेगुलर साइज कितना रखना चाहते हैं असी टैक्सट का, वो सारा कुछ इतों सैट कर सकते हैं। ठीक है जी, ओके, हुण इत्थे जो मैं टाइप करांगा
ਉਹਦੀਆਂ ਸੈਟਿੰਗਸ ਜੋ ਵੀ ਅਸੀਂ ਸੈੱਟ ਕਰਾਂਗੇ ਇਸ ਫਾਰਮੈਟ ਮੈਨੂ ਦੇ ਅੰਦਰ ਜਾ ਕੇ ਫੌਂਟ ਦੇ ਅੰਦਰ ਅਸੀਂ ਸਾਰੀ ਸੈਟਿੰਗਸ ਕਰ ਸਕਦੇ ਹਾਂ। ਇਹ ਕੁਛ ਪਾਰਟ ਸੀਗਾ ਸਾਡਾ ਨੋਟਪੈਡ ਦੇ ਰਿਗਾਰਡਿੰਗ ਕਿ ਨੋਟਪੈਡ ਕੀ ਹੁੰਦਾ। ਸੋ ਅਗਲਾ ਕੰਮ ਅਸੀਂ ਹੁਣ ਡਿਸਕਸ ਕਰਦੇ ਹਾਂ ਕਿ ਆਪਣੀ ਫਾਈਲ ਨੂੰ ਅਗਲਾ ਪਾਰਟ ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਅਸੀਂ ਜੋ ਫਾਈਲ ਬਣਾਈ ਆ ਉਸ ਪਰਟੀਕੁਲਰ ਫਾਈਲ ਨੂੰ ਰੀਨੇਮ ਕਿੱਦਾਂ ਕਰਨਾ। ਠੀਕ ਹੈ ਜੀ, ਅਗਲਾ ਟਾਸਕ ਸਾਡਾ ਹੈਗਾ ਹਾਊ ਟੂ ਰੀਨੇਮ ਯੂਅਰ ਫਾਈਲ। ਠੀਕ, ਐਗਜ਼ਾਮਪਲ ਅਸੀਂ ਕੋਈ ਵੀ ਫਾਈਲ ਲਿੱਤੀ, ਜਿੱਦਾਂ ਮੈਂ ਤੁਹਾਨੂੰ ਫੋਲਡਰ ਕਰਕੇ ਦਿਖਾਇਆ ਸੀਗਾ, ਪਹਿਲਾਂ ਡੈਮੋ ਨਾਮ ਰੱਖਿਆ ਸੀਗਾ, ਫਿਰ ਉਹਨੂੰ ਕੰਪਿਊਟਰ ਰੱਖਤਾ। ਚਲੋ ਹੁਣ ਕੰਪਿਊਟਰ ਦੇ ਅੰਦਰ ਸਾਡੀ ਕੋਲ ਫਾਈਲ ਹੈ ਨਿਊ ਟੈਕਸਟ ਨਾਮ ਦੀ, ਇਹਨੂੰ ਮੈਂ ਚੇਂਜ ਕਰਨਾ ਚਾਹੁੰਦਾ, ਰੀਨੇਮ ਕਰਨਾ ਚਾਹੁੰਦਾ। ਮੈਂ ਕੀ ਕਰਾਂਗਾ, ਫਾਈਲ 'ਤੇ ਕਲਿੱਕ ਕਰਾਂਗਾ ਸਿੰਗਲ, ਲੈਫਟ ਕਲਿੱਕ ਨਾਲ ਸਿੰਗਲ। ਮੈਂ ਦੁਬਾਰਾ ਦੱਸਦਾ, ਕੱਲ੍ਹ ਮਾਊਸ ਡਿਸਕਸ ਕੀਤਾ ਸੀਗਾ, ਦੋ ਕੀਜ਼ ਹੁੰਦੀਆਂ, ਰਾਈਟ ਕੀ ਆ ਲੈਫਟ ਕੀ। ਲੈਫਟ ਕੀ ਦੇ ਨਾਲ ਸਿੰਗਲ ਕਲਿੱਕ ਕਰਦੇ ਸਾਡੀ ਫਾਈਲ ਸਿਲੈਕਟ ਹੁੰਦੀ ਆ। ਜਦੋਂ ਲੈਫਟ ਕਲਿੱਕ ਨੂੰ ਮੈਂ ਡਬਲ ਬਾਰ ਪ੍ਰੈਸ ਕਰਦਾਂਗਾ, ਡਬਲ ਕਲਿੱਕ ਕਰਦਾਂਗਾ, ਮੇਰੀ ਫਾਈਲ ਓਪਨ ਹੋ ਜਾਂਦੀ ਹੈ। ਠੀਕ ਹੈ, ਜਦੋਂ ਅਸੀਂ ਰਾਈਟ ਕਲਿੱਕ ਕਰਦੇ ਹਾਂ ਆਪਣੇ ਕੰਪਿਊਟਰ ਕਿਸੇ ਵੀ ਫਾਈਲ 'ਤੇ, ਕਿਸੇ ਵੀ ਫੋਲਡਰ 'ਤੇ ਰਾਈਟ ਕਲਿੱਕ ਕਰੀਏ ਮਾਊਸ ਦੇ ਨਾਲ, ਉਹਦੇ ਨਾਲ ਮੇਰਾ ਪੋਪਅਪ ਮੈਨਿਊ ਓਪਨ ਹੁੰਦਾ, ਮੈਨਿਊ ਜੋ ਤੁਹਾਡੇ ਸਾਹਮਣੇ ਆ ਰਿਹਾ। ਠੀਕ ਹੈ, ਆ ਪੋਪਅਪ ਮੈਨਿਊ ਜੋ ਤੁਹਾਡੇ ਸਾਹਮਣੇ ਆ ਰਿਹਾ ਰਾਈਟ ਕਲਿੱਕ ਕਰਨ ਤੋਂ ਬਾਅਦ ਆਇਆ। ਹੁਣ ਮੈਂ ਸਿੰਗਲ ਕਲਿੱਕ ਕੀਤਾ, ਫਾਈਲ ਮੇਰੀ ਸਿਲੈਕਟਿਡ। ਜਦੋਂ ਮੈਂ ਫਾਈਲ ਨੂੰ ਡਬਲ ਕਲਿੱਕ ਕੀਤਾ ਲੈਫਟ ਕਲਿੱਕ ਦੇ ਨਾਲ, ਤਾਂ ਮੇਰੀ ਫਾਈਲ ਕੀ ਹੋ ਜਾਏਗੀ, ਫਾਈਲ ਮੇਰੀ ਓਪਨ ਹੋ ਜਾਏਗੀ। ਠੀਕ ਹੈ ਜੀ, ਸੋ ਆਪਾਂ ਜੋ ਗੱਲ ਕਰਨੀ ਹੈ ਹੁਣ ਰੀਨੇਮ ਦੀ, ਫਾਈਲ ਨੂੰ ਰੀਨੇਮ ਕਿੱਦਾਂ ਕਰਨਾ। ਸੋ ਆਪਾਂ ਇਸ ਪਰਟੀਕੁਲਰ ਫਾਈਲ 'ਤੇ ਰਾਈਟ ਕਲਿੱਕ ਕਰਾਂਗੇ, ਨੀਚੇ ਸੈਕਿੰਡ ਆਪਸ਼ਨ ਹੈਗੀ ਹੈ ਰੀਨੇਮ। ਦੁਬਾਰਾ ਮੈਂ ਦੱਸਦਾ, ਫਾਈਲ ਨੂੰ ਸਿਲੈਕਟ ਕਰਾਂਗੇ ਪਹਿਲਾਂ ਸਿੰਗਲ ਕਲਿੱਕ ਕਰਕੇ, ਦੈਨ ਉਸ ਪਰਟੀਕੁਲਰ ਫਾਈਲ 'ਤੇ ਰਾਈਟ ਕਲਿੱਕ ਕਰਾਂਗੇ। ਰਾਈਟ ਕਲਿੱਕ ਕਰਨ ਤੋਂ ਬਾਅਦ ਪੋਪਅਪ ਮੈਨਿਊ ਮੇਰੇ ਸਾਹਮਣੇ ਆਊਗਾ, ਉਸ ਮੈਨਿਊ ਵਿੱਚੋਂ ਅਸੀਂ ਸਿਲੈਕਟ ਕਰਾਂਗੇ ਰੀਨੇਮ। ਰੀਨੇਮ, ਹੁਣ ਇੱਥੇ ਮੈਂ ਫਾਈਲ ਦਾ ਨਾਮ ਰੱਖ ਦਿੰਦਾ IT Literacy। ਠੀਕ ਹੈ ਜੀ, ਫਾਈਲ ਦਾ ਨਾਮ ਮੈਂ ਰੱਖਤਾ IT Literacy। ਹੁਣ ਜਦੋਂ ਮੈਂ ਇਸ ਫਾਈਲ ਨੂੰ ਓਪਨ ਕਰਾਂਗਾ, ਠੀਕ ਹੈ ਜੀ, ਜਦੋਂ ਇਸ ਫਾਈਲ ਨੂੰ ਦੁਬਾਰਾ ਓਪਨ ਕਰਾਂਗੇ, ਤੁਸੀਂ ਆ ਉੱਪਰ ਦੇਖੋ ਟਾਈਟਲ ਬਾਰ ਵਿੱਚ ਆ ਰਿਹਾ ITLiteracy.txt ਨੋਟਪੈਡ, ਯਾਨੀ ਕਿ ਨੋਟਪੈਡ ਦੇ ਅੰਦਰ ਅਸੀਂ ਇੱਕ ਫਾਈਲ ਬਣਾਈ ਹੈ IT Literacy ਨਾਮ ਦੀ। ਠੀਕ ਹੈ ਜੀ, ਮੈਂ ਦੁਬਾਰਾ ਫਿਰ ਦੱਸਦਾ, ਕੁਛ ਵੀ ਕੋਈ ਵੀ ਐਪਲੀਕੇਸ਼ਨ ਅਸੀਂ ਓਪਨ ਕਰੀਏ, ਬੇਸ਼ੱਕ ਉਹ ਮਾਈਕਰੋਸਾਫਟ ਵਰਡ ਆ, ਬੇਸ਼ੱਕ ਉਹ ਪਾਵਰਪੁਆਇੰਟ ਆ, ਜਾਂ ਵਿੰਡੋਜ਼ ਐਕਸਪਲੋਰਰ ਆ, ਜਾਂ ਪੇਂਟ ਆ। ਠੀਕ ਹੈ, ਹਮੇਸ਼ਾ ਟੋਪ 'ਤੇ ਜਿਹੜੀ ਬਾਰ ਹੁੰਦੀ ਹੈ ਦੈਟ ਇਜ਼ ਨੋਨ ਐਜ਼ ਅ ਟਾਈਟਲ ਬਾਰ, ਉੱਥੇ ਉਸ ਪਰਟੀਕੁਲਰ ਐਪਲੀਕੇਸ਼ਨ ਦਾ ਟਾਈਟਲ ਲਿਖਿਆ ਹੁੰਦਾ, ਫਾਈਲ ਦਾ ਨਾਮ ਲਿਖਿਆ ਹੁੰਦਾ, ਮਿਨੀਮਾਈਜ਼ ਮੈਕਸੀਮਾਈਜ਼ ਅਤੇ ਕਲੋਜ਼ ਦੇ ਬਟਨ ਹੁੰਦੇ ਆ। ਉਸ ਤੋਂ ਥੱਲੇ ਆ ਜਾਂਦੇ ਸਾਡੇ ਕੋਲ ਮੈਨਿਊ ਬਾਰ। ਠੀਕ ਹੈ ਜੀ, ਇਹ ਸਾਨੂੰ ਸਾਰੇ ਸਟੂਡੈਂਟਸ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਪਾਰਟਸ ਹੁੰਦੇ ਆ। ਠੀਕ, ਹੁਣ ਇਹ ਹੋ ਗਿਆ ਰੀਨੇਮ ਦਾ। ਠੀਕ, ਰੀਨੇਮ ਦਾ ਹੁਣ ਅਗਲਾ ਟਾਸਕ ਹੈਗਾ, ਅਸੀਂ ਇਸ ਪਰਟੀਕੁਲਰ IT Literacy ਨੂੰ, ਠੀਕ ਆ, ਅਸੀਂ ਇਸ ਟਾਈਮ ਹੈਗਾ ਕੰਪਿਊਟਰ ਦੇ ਅੰਦਰ, ਮੈਂ ਚਾਹੁੰਦਾ ਕਿ ਇਸ ਦੇ ਅੰਦਰ ਜੋ ਫਾਈਲ ਪਈ ਹੈ IT Literacy ਨਾਮ ਦੀ, ਇਹਨੂੰ ਮੈਂ ਆਹ ਸੈਕਿੰਡ ਫੋਲਡਰ VBA ਨਾਮ ਦਾ ਇਹਦੇ ਅੰਦਰ ਲੈ ਕੇ ਆਉਣਾ ਚਾਹੁੰਦਾ। ਯਾਨੀ ਕਿ ਅਸੀਂ ਆਪਣੀ IT Literacy ਫਾਈਲ ਨੂੰ ਮੂਵ ਕਰਨਾ ਚਾਹੁੰਦੇ ਹਾਂ। ਰੀਨੇਮ ਤੁਹਾਨੂੰ ਮੈਂ ਦੱਸਦਾ ਰੀਨੇਮ ਕਿੱਦਾਂ ਕਰਦੇ ਹਾਂ। ਹੁਣ ਮੈਂ ਇਸ ਪਰਟੀਕੁਲਰ ਫਾਈਲ ਨੂੰ ਮੂਵ ਕਰਨਾ ਚਾਹੁੰਦਾ ਹਾਂ, ਕਿੱਥੋਂ, ਕੰਪਿਊਟਰ ਤੋਂ, ਕੰਪਿਊਟਰ ਫੋਲਡਰ ਤੋਂ VBA ਫੋਲਡਰ ਦੇ ਅੰਦਰ। ਸੋ ਮੈਂ ਕੀ ਕਰਾਂਗਾ, ਇਸ ਪਰਟੀਕੁਲਰ ਫਾਈਲ 'ਤੇ ਰਾਈਟ ਕਲਿੱਕ ਕਰਾਂਗਾ, ਰਾਈਟ ਕਲਿੱਕ ਕਰਨ ਤੋਂ ਬਾਅਦ ਅਸੀਂ ਇਸ ਫਾਈਲ ਨੂੰ ਕੀ ਕਰਾਂਗੇ ਜੀ, ਮੂਵ ਜੇ ਕਰਨਾ। ਮੂਵ ਨੂੰ ਬੇਸਿਕਲੀ ਅਸੀਂ ਕਹਿ ਦਿੰਦੇ ਹਾਂ, ਮੂਵ ਅਤੇ ਕਾਪੀ ਦਾ ਡਿਫਰੈਂਸ ਕੀ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ। ਇਹ ਵੀ ਐਗਜ਼ਾਮ ਦੇ ਅਤੇ ਇੰਟਰਵਿਊ ਦੋਨਾਂ ਦੇ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਕੁਸ਼ਚਨ ਆ, ਵਟ ਇਜ਼ ਦਾ ਡਿਫਰੈਂਸ ਬਿਟਵੀਨ ਮੂਵ ਐਂਡ ਕਾਪੀ, ਇਹ ਮੈਂ ਬਾਅਦ 'ਚ ਦੱਸਦਾ ਸਾਨੂੰ। ਸੋ ਪਹਿਲਾਂ ਅਸੀਂ IT Literacy ਨੂੰ ਮੂਵ ਕਰ ਲੈਂਦੇ ਹਾਂ ਕਿਸੇ ਵੀ ਫਾਈਲ ਨੂੰ। ਮੈਂ ਰਾਈਟ ਕਲਿੱਕ ਕੀਤਾ ਉਹ 'ਤੇ, ਮੈਂ ਉਹਨੂੰ ਕੀ ਕੀਤਾ, ਕੱਟ। ਠੀਕ ਹੈ ਜੀ, ਕੱਟ ਕਰਕੇ ਮੈਂ ਬੈਕ ਆਇਆ VBA ਦੇ ਅੰਦਰ, ਪੇਸਟ ਕਰਨਾ, ਫੋਲਡਰ ਨੂੰ ਓਪਨ ਕੀਤਾ, ਰਾਈਟ ਕਲਿੱਕ ਕੀਤਾ, ਪੇਸਟ। ਠੀਕ, ਹੁਣ ਕਿਸ ਲੋਕੇਸ਼ਨ ਤੋਂ ਲਿਆਏ ਸੀਗੇ ਅਸੀਂ, ਕੰਪਿਊਟਰ ਤੋਂ, ਕੰਪਿਊਟਰ ਫੋਲਡਰ ਤੋਂ। ਇੱਥੋਂ ਮੈਂ ਫਾਈਲ ਕੀ ਕਰਤੀ, ਕੱਟ। ਯਾਨੀ ਕਿ ਮੈਂ ਫਾਈਲ ਨੂੰ ਮੂਵ ਕਰਨਾ ਸੀਗਾ ਇੱਕ ਲੋਕੇਸ਼ਨ ਤੋਂ, ਇੱਕ ਲੋਕੇਸ਼ਨ ਕੀ ਸੀ, ਕੰਪਿਊਟਰ ਫੋਲਡਰ, ਦੂਸਰੀ ਲੋਕੇਸ਼ਨ ਕੀ ਆ, VBA ਫੋਲਡਰ। ਠੀਕ, ਜੋ ਮੇਰੀ ਫਾਈਲ ਸੀ IT Literacy ਨਾਮ ਦੀ, ਉਹਨੂੰ ਮੈਂ ਮੂਵ ਕਰਨਾ ਚਾਹੁੰਦਾ ਸੀਗਾ। ਮੈਂ ਕੀ ਕੀਤਾ, ਫਸਟ ਲੋਕੇਸ਼ਨ 'ਤੇ ਆਇਆ, ਫਾਈਲ ਨੂੰ ਸਿਲੈਕਟ ਕੀਤਾ, ਰਾਈਟ ਕਲਿੱਕ ਕੀਤਾ, ਕੱਟ ਕੀਤਾ। ਉਸ ਤੋਂ ਬਾਅਦ ਵਾਪਿਸ ਗਿਆ, ਨਿਊ ਲੋਕੇਸ਼ਨ ਕਿਹੜੀ ਸੀਗੀ, VBA, ਉੱਥੇ ਮੈਂ ਰਾਈਟ ਕਲਿੱਕ ਕਰਕੇ ਉਹਨੂੰ ਪੇਸਟ ਕਰਤਾ। ਪੇਸਟ ਕਰਨ ਤੋਂ ਬਾਅਦ ਉਹਦੀ ਨਵੀਂ ਲੋਕੇਸ਼ਨ ਕੀ ਆ ਗਈ, VBA। IT Literacy ਨਾਮ ਦੀ ਜੋ ਫਾਈਲ ਬਣਾਈ ਸੀਗੀ ਉਹਦੀ ਨਵੀਂ ਲੋਕੇਸ਼ਨ ਕੀ ਆ, VBA। ਅਸੀਂ ਫਾਈਲਸ ਨੂੰ ਇੱਦਾਂ ਮੂਵ ਕਰਦੇ ਹਾਂ। ਠੀਕ ਹੈ, ਹੁਣ ਮੈਂ ਇਹਨੂੰ ਕਾਪੀ ਕਰਕੇ ਦਿਖਾਉਂਦਾ। IT Literacy ਨਾਮ ਦੀ ਫਾਈਲ ਨੂੰ ਮੈਂ ਰਾਈਟ ਕਲਿੱਕ ਕੀਤਾ,
पहला मैं ऑप्शन चूज की थी सी कट, बट मैं हूं नहीं यूज कर रहा कॉपी, ठीक हूं मैं यूज कर रहा कॉपी, कंप्यूटर फोल्डर के अंदर गया इतने नहीं है, राइट क्लिक किया उत्थे मैं की करता पेस्ट, इतने पेस्ट होगी। हूँ आई टी लिटरेसी नाम की फाइल एक हैगी है कंप्यूटर फोल्डर के अंदर, दूसरी आई टी लिटरेसी नाम की फाइल हैगी है साड़ी वी बी ए फोल्डर के अंदर, ठीक है एक ही हो गया कॉपी, ये जो ऑपरेशन असी परफॉर्म किया दैट इज अ कॉपी। ठीक जो असी कट किया कट ने की किया सीगा एक लोकेशन तो फाइल चक के दूसरी लोकेशन के अंदर इनसर्ट करती सी, यानी कि पेस्ट करती सी, पहली लोकेशन तो डिलीट हो गई सी ते नवी लोकेशन ते वो आके सेव हो गई सी, यही कुछ किया सीगा कट तो। सो मैं क्वेश्चन गल कर रहा सीगा व्हाट इज द डिफरेंस बिटवीन मूव एंड कॉपी। मूव का मतलब बच्चा यही होंदा है किसी एक लोकेशन तो किसी फाइल नूं परमानेंटली मूव कर देना किसी दूसरी लोकेशन विच। आई रिपीट मूव का बेसिक कम यही है सर, किसी फाइल नूं एक लोकेशन तो दूसरी लोकेशन ते परमानेंटली मूव कर देना। ठीक उस केस विच साडी कॉपी कितनियां होणगियां, फाइल इको ही रहेगी, बट जो असी कहने कॉपी करना असी की करते हैं एक लोकेशन तो फाइल कॉपी करते हैं दूसरी लोकेशन से जाके फाइल नूं पेस्ट कर देंगे। ठीक हुण उस कॉपी करन ते उस फाइल दीआं किन्नीआं कॉपियां जनरेट हो गईआं, दो। मूव दे केस विच फाइल इक्को ही रही सी, बट जदों असीं कॉपी कीता किन्नीआं फाइल्स बन गईआं, सेम नाम दीआं दो फाइलां बन गईआं, दो लोकेशनस ते सेम नाम दीआं हुण फाइल्स पईआं, पहला हैगा वीबी दे अंदर आई टी लिटरेसी ते दूसरा हैगा कंप्यूटर दे अंदर आई टी लिटरेसी नाम दी फाइल। ठीक है जी सेम नाम दीआं दो फाइल्स दो डिफरेंट लोकेशनस ते हुण पईआं। ठीक है जी सो तीन ऑपरेशन हो गए साढ़े, पहला क्रिएशन ऑफ फाइल, दूसरा रीनेम ऑफ फाइल, तीसरा कट एंड मूव, ते चौथा कॉपी। चार ऑपरेशन असी डिस्कस कर चुके हैं। फिफ्थ ऑपरेशन साडा आंदा डिलीट ऑफ फाइल, फिफ्थ ऑपरेशन आंदा साडा डिलीट ऑफ फाइल। ठीक हुण आई टी लिटरेसी नाम की फाइल नूं जस्ट गिव मी अ वन मिनट, मैं मैं बेसिकली थानू रीसाइकल भी रीसाइकल बिन भी दिखाना चाहते हैं, रीसाइकल बिन वास्ते जस्ट गिव मी अ होल्ड ऑन वन मिनट, पहले मैं हाँ जी जसविंदर सर जी मैम बस 10 मिनट 5 मिनट लूंगा मैं बस ठीक है बिल्कुल 5 मिनट ही लूंगा बस मैं फिर क्वेरीज ले लांगा जी। सो एदे विच हुण पर्टिकुलरली थानू मैं दसना चाहना कि फाइल नूं डिलीट किदां करदे आ। ठीक डिलीट भी बच्चा दो ऑपरेशन होंदे आ, किसी फाइल नूं डिलीट जे करना सिंपली असी की करते हैं फाइल सिलेक्ट किया, फाइल सिलेक्ट की कीबोर्ड तो डिलीट का ऑप्शन असी प्रेस कर देंगे, मेरे कीबोर्ड से डिलीट का बटन होंगे डिलीट प्रेस कर देंगे फाइल मेरे डिलीट हो जाएगी, या आई टी लिटरेसी मैं राइट क्लिक करा तो आ थल्ले थर्ड ऑप्शन पॉपअप मैन्यू आया, पॉपअप मैन्यू के बॉटम तो तीसरी ऑप्शन है डिलीट, जो मैं डिलीट कर देंगे फाइल मेरी डिलीट हो जाएगी। ठीक है डिलीट के दो ऑपरेशन समझ आ गए, फाइल सिलेक्ट करो कीबोर्ड तो डिलीट प्रेस कर दो या राइट क्लिक करके असी मैन्यू उपर कर देंगे डिलीट, मेरी फाइल डिलीट हो जाएगी। बट ये भी मैं दसना चाहना कि फाइल नूं असी एक डिलीट करते हैं एक परमानेंटली डिलीट करते हैं, एक सिंपल डिलीट करते हैं असी अपने कंप्यूटर चो, एक परमानेंटली डिलीट करते हैं। ठीक है जी वो मैं हुण दिखाना थानू, जे मैं फाइल नूं सिलेक्ट किया कीबोर्ड तो प्रेस किया डिलीट, कीबोर्ड तो मैं प्रेस किया डिलीट, आ मैन थानू शो हो रहा है डिलीट फाइल खुल्लिया मेरे सामने, ये की है आर यू श्योर यू वॉन्ट टू मूव दिस फाइल टू रीसाइकल बिन, जो असी सिंगल डिलीट प्रेस किया या, वो कहता है यस जो असी सिंगल फाइल नू डिलीट करना चाहते हैं वो की कहता है सिंपली मैं डिलीट प्रेस किया अपने कीबोर्ड तो वो कितने मूव करूगा उस फाइल नू रीसाइकल बिन विच, मैं कहता यस इनू मूव कर दो। सो मैं हुण तुहानू रीसाइकल बिन दिखाता, जिहड़ी फाइल असी डिलीट की थी वो कितने पई है रीसाइकल बिन विच पई है। वो फाइल मेरी कितने पई है रीसाइकल बिन विच पई है, बट ये तो हो गया सिंपल डिलीट वाला ऑपरेशन। ठीक बट जे मैं चाहना अपनी फाइल नू परमानेंटली डिलीट करना, फाइल मैनू नहीं चाहिए और मैं परमानेंटली डिलीट करना चाहना अपने कंप्यूटर विचों, एग्जाम्पल वी बी ए दे अंदर मेरे को आई टी लिटरेसी नाम की फाइल फिर पई सी, ठीक है मैं इस पर्टिकुलर फाइल में मैंने नहीं चाहिए थी, मैं परमानेंटली इनू अपने कंप्यूटर चो डिलीट करना चाहता, मैं की प्रेस करांगा अपने कंप्यूटर तो दो कीज़ कट्ठियां प्रेस करांगा शिफ्ट प्लस डिलीट।
ਠੀਕ ਹੈ ਜੇ ਕਿਸੇ ਫਾਈਲ ਨੂੰ ਅਸੀਂ ਪਰਮਨੈਂਟਲੀ ਡਿਲੀਟ ਕਰਨਾ ਚਾਹੁੰਦੇ ਹਾਂ ਆਪਣੇ ਕੰਪਿਊਟਰ ਚੋਂ ਆਪਾਂ ਕੀ ਯੂਜ਼ ਕਰਾਂਗੇ ਸ਼ਿਫਟ ਪਲੱਸ ਡਿਲੀਟ ਆਰ ਯੂ ਸ਼ਿਓਰ ਯੂ ਵਾਂਟ ਟੂ ਪਰਮਨੈਂਟਲੀ ਡਿਲੀਟ ਦਿਸ ਫਾਈਲ ਯੈਸ ਅਸੀਂ ਪਰਮਨੈਂਟਲੀ ਡਿਲੀਟ ਕਰਨਾ ਚਾਹੁੰਦੇ ਹਾਂ ਹੁਣ ਅਸੀਂ ਦੇਖਾਂਗੇ ਰੀਸਾਈਕਲ ਬਿਨ ਦੁਆਰਾ ਇਹ ਫਾਈਲ ਮੇਰੀ ਰੀਸਾਈਕਲ ਬਿਨ ਵਿੱਚ ਐਗਜ਼ਿਸਟ ਨਹੀਂ ਕਰੇਗੀ ਠੀਕ ਹੈ ਜੀ ਇਹ ਫਾਈਲ ਮੇਰੀ ਰੀਸਾਈਕਲ ਬਿਨ ਵਿੱਚ ਐਗਜ਼ਿਸਟ ਨਹੀਂ ਕਰੇਗੀ ਠੀਕ ਹੈ ਜੀ ਸੋ ਇਹ ਸੀਗਾ ਮੇਰਾ ਬੇਸਿਕ ਟੌਪਿਕ ਅੱਜ ਦਾ ਇਸ ਟੌਪਿਕ ਨੂੰ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸੌਖੇ ਤਰੀਕੇ ਨਾਲ ਡਿਲੀਵਰ ਕਰ ਸਕਾਂ ਬੇਸਿਕ ਇਹੀ ਯਾਦ ਰੱਖੋ ਵਿੰਡੋਜ਼ ਜਿਹੜੀਆਂ ਗ੍ਰਾਫਿਕਲ ਯੂਜ਼ਰ ਇੰਟਰਫੇਸ ਆ ਕਿਸੇ ਵੀ ਫੋਲਡਰ ਨੂੰ ਅਸੀਂ ਬਣਾਉਣਾ ਆ ਡਬਲ ਕਲਿੱਕ ਰਾਈਟ ਸਿੰਗਲ ਕਲਿੱਕ ਦਾ ਮੈਨੂੰ ਪਤਾ ਹੋਣਾ ਚਾਹੀਦਾ ਡਬਲ ਕਲਿੱਕ ਦਾ ਪਤਾ ਹੋਣਾ ਚਾਹੀਦਾ ਰਾਈਟ ਕਲਿੱਕ ਤੋਂ ਪੋਪਅਪ ਮੈਨੂ ਜਿਹੜਾ ਓਪਨ ਹੁੰਦਾ ਆ ਰੀਨੇਮ ਡਿਲੀਟ ਪਰਮਨੈਂਟਲੀ ਡਿਲੀਟ ਤੇ ਸਿੰਗਲ ਡਿਲੀਟ ਦਾ ਕੀ ਡਿਫਰੈਂਸ ਆ ਇਹ ਸਾਨੂੰ ਪਤਾ ਹੋਣਾ ਚਾਹੀਦਾ ਇਹ ਮੈਂ ਤੁਹਾਨੂੰ ਕੋਸ਼ਿਸ਼ ਕੀਤੀ ਆ ਸਮਝਾਉਣ ਦੀ ਇਹ ਕੁਝ ਰੈਫਰੈਂਸਿਸ ਨੇ ਮੈਂ ਸਾਰੇ ਸਟੂਡੈਂਟਸ ਨੂੰ ਇਹ ਰਿਕੁਐਸਟ ਕਰਨਾ ਚਾਹੂੰਗਾ ਪਲੀਜ਼ ਆ ਇੱਕ ਥੱਲੇ ਦਿਸ ਵਨ ਆ ਲਿੰਕ ਜੋ ਮੈਂ ਤੁਹਾਨੂੰ ਦੱਸ ਰਿਹਾ ਇਹਨੂੰ ਪਲੀਜ਼ ਸਾਰੇ ਨੋਟ ਕਰ ਲਓ ਟੈਕ ਟਿਊਟੋਰੀਅਲਸ ਪੁਆਇੰਟ ਨਾਮ ਦਾ ਇਹ ਲਿੰਕ ਆ ਇੱਥੇ ਕੰਪਿਊਟਰ ਦੇ ਬੇਸਿਕ ਤੋਂ ਬੇਸਿਕ ਇਨਫੋਰਮੇਸ਼ਨ ਵੀ ਮੈਂ ਲੈਣਾ ਚਾਹੁੰਦਾ ਹਾਂ ਈਜ਼ਲੀ ਲੈ ਸਕਦਾ ਹਾਂ ਟੈਕ ਟਿਊਟੋਰੀਅਲ ਸੈਕਿੰਡ ਅਗੇਨ ਮੈਂ ਥੈਂਕਸ ਕਰਨਾ ਚਾਹੁੰਦਾ ਨਿੰਮੀ ਨਿੰਮੀ ਦਾ ਜਿੱਥੇ ਈ ਬੁੱਕ ਅਵੇਲੇਬਲ ਸੀਗੀ ਅਤੇ ਮੈਂ ਕੋਸ਼ਿਸ਼ ਕੀਤੀ ਆ ਉਹਦੇ ਅੰਦਰ ਦਾਇਰੇ ਦੇ ਅੰਦਰ ਰਹਿ ਕੇ ਹੀ ਬੁੱਕ ਦੇ ਦਾਇਰੇ ਦੇ ਅੰਦਰ ਰਹਿ ਕੇ ਆਪਣੇ ਨੋਟਸ ਨੂੰ ਮੈਂ ਡਿਲੀਵਰ ਕਰਾਂ ਪੀ ਪੀ ਟੀ ਲੈਕਚਰ ਆਪਣਾ ਡਿਸਕਸ ਕਰਾਂ ਸੋ ਥੈਂਕ ਯੂ ਥੈਂਕ ਯੂ ਵੈਰੀ ਮੱਚ ਐਨੀ ਕੁਐਰੀ ਪਲੀਜ਼ ਹੈਲੋ 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 ਮੈਮ ਬੋਲੀ ਸੀ ਹੈਲੋ ਜਸਵਿੰਦਰ ਸਰ ਮਾੜੀ ਚੁੰਨੀ ਦੀ ਜੀ ਹਰਵਿੰਦਰ ਕੌਰ ਜੀ ਆਪਣੇ ਹੈਂਡ ਰੇਜ਼ ਕੀਆ ਆਪ ਕਿਆ ਪੁੱਛਣਾ ਚਾਹਤੇ ਹੈ ਕਾਈ ਪੁੱਛੀ ਸਰ ਸੇ ਹਰਵਿੰਦਰ ਕੌਰ ਜੀ ਸੌਰੀ ਹਮਰਾਜ ਰੋਪੜ ਤੋਂ ਜੀ ਕਦੇ ਬੜਾ ਫਾਈਲ ਜਿਹ ਚ ਮੇਰਾ ਡਾਟਾ ਸੇਵ ਆ ਹੈ ਨਾ ਦੱਸਿਓ ਫਾਈਲ ਫਾਈਲ ਆਪਾਂ ਕਹਿੰਦੇ ਆ ਕਿ ਮੇਰਾ ਤਾਂ ਬੇਸਿਕਲੀ ਤਾਂ ਇਦਾਂ ਦਾ ਨਾਮ ਰੱਖਿਆ ਗਿਆ ਜਿਵੇਂ ਰਿਜ਼ਿਊਮ ਆ ਹਾਂਜੀ ਰਿਜ਼ਿਊਮ ਮੇਰਾ ਬਾਇਓਡਾਟਾ ਹੀ ਹੋਏਗਾ ਬਟ ਮੈਂ ਜੇ ਇੱਕ ਫੋਲਡਰ ਬਣਾ ਲੈਂਦਾ ਜਸਵਿੰਦਰ ਜਸਵਿੰਦਰ ਆਪਣੇ ਨਾਮ ਤੇ ਮੈਂ ਇੱਕ ਫੋਲਡਰ ਬਣਾ ਲਿਆ ਫੋਲਡਰ ਦੇ ਅੰਦਰ ਮੈਂ ਆਪਣੀ ਸਾਰੀਆਂ ਫਾਈਲ ਜਿਹੜੀਆਂ ਮੇਰੀਆਂ ਨੇ ਸੀ ਮੈਂ ਉਹੀ ਸੇਵ ਕਰਾਂਗਾ ਉਹਦੇ ਅੰਦਰ ਮੇਰੇ ਬਾਇਓਡਾਟਾ ਵੀ ਹੋਊਗਾ ਉਸ ਤੋਂ ਇਲਾਵਾ ਮੈਂ ਫਾਈਲ ਦੇ ਅੰਦਰ ਇਨਫੋਰਮੇਸ਼ਨ ਨਹੀਂ ਮਤਲਬ ਮਲਟੀਪਲ ਫਾਈਲਸ ਜਿਹੜੀਆਂ ਉਹ ਫੋਲਡਰ ਦੇ ਅੰਦਰ ਸੇਵ ਹੋ ਸਕਦੀਆਂ ਵਾ ਐਗਜ਼ੈਕਟਲੀ ਉਹੀ ਮੈਂ ਕਹਿਣ ਜਾ ਰਿਹਾ ਸੀ ਫਾਈਲਸ ਦੇ ਅੰਦਰ ਇਹ ਮੇਰਾ ਡਾਟਾ ਮੇਰਾ ਕੰਟੈਂਟ ਔਰ ਫੋਲਡਰਸ ਦੇ ਹੁੰਦੇ ਮਲਟੀਪਲ ਫਾਈਲਸ ਓਕੇ ਤੇ ਫਾਈਲ ਚ ਓਨਲੀ ਇੱਕ ਫਾਈਲ ਦੇ ਵਿੱਚ ਰਿਲੇਟਡ ਉਹ ਫਾਈਲ ਦਾ ਨਾਮ ਰੱਖਿਆ ਉਹਦਾ ਰਿਲੇਟਡ ਇਨਫੋਰਮੇਸ਼ਨ ਪਾਉਂਗੀ ਜੀ ਇਹ ਮਤਲਬ ਇੱਕ ਹੀ ਮੈਂ ਫਾਈਲ ਆ ਫਾਈਲ ਚ ਮੈਂ ਆਪਣਾ ਸਿਰਫ ਇੱਕ ਰਿਜ਼ਿਊਮ ਵੀ ਸੇਵ ਕਰ ਲਿਆ ਓਨਲੀ ਰਿਜ਼ਿਊਮ ਹਾਂਜੀ ਇੱਕ ਫਾਈਲ ਦੇ ਅੰਦਰ ਮੈਂ ਇੱਕ ਕੰਟੈਂਟ ਹੀ ਸੇਵ ਕਰਾਂਗਾ ਜੇ ਮੈਂ ਦੁਬਾਰਾ ਕੋਈ ਕੰਟੈਂਟ ਨਵੇਂ ਬਣਾਉਣਾ ਚਾਹੁੰਦਾ ਮੈਂ ਨਵੀਂ ਫਾਈਲ ਬਣਾਉਂਗਾ ਓਕੇ ਜੀ ਥੈਂਕ ਯੂ ਸਰ ਨਵੀਂ ਫਾਈਲ ਦੇ ਵਿੱਚ ਮੇਰੀ ਨਵੀਂ ਫਾਈਲ ਦੇ ਵਿੱਚ ਡਾਟਾ ਹੈਗਾ ਆ ਮੇਰਾ ਨੋਟਸ ਨੇ ਕੰਪਿਊਟਰ ਦੀ ਡੈਫੀਨੇਸ਼ਨ ਦਾ
मेरा मोबाइल से ईमेल आईडी नोट कर लीजिए, आप उसे डिस्कस कर लेना। थैंक यू। ठीक है सर, थैंक यू सो मच। थैंक यू।